ਹਾਏ ਸਤਿ ਸ਼੍ਰੀ ਅਕਾਲ, ਆਓ ਤੁਹਾਨੂੰ ਮਿਲਾਈਏ ਇਸ ਫਿਲਮ ਦੇ ਪਾਤਰਾਂ ਨਾਲ। ਸਭ ਤੋਂ ਪਹਿਲਾਂ ਮੈਨੂੰ ਇਹ ਮਿਲ ਲਓ, ਮਾਈਸੈਲਫ ਜਸਵਿੰਦਰ ਪੱਲਾ, ਕੁਝ ਜੇ ਵੀ ਮੈਨੂੰ ਕਹਿੰਦੇ ਆ, ਚਲੋ ਮੇਰੀ ਛੱਡੋ। ਇਹ ਉਹ ਕੋਠੀ ਆ ਜਿਹਦਾ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਮਾਲਕ ਕੌਣ ਆ, ਬਸ ਇਸੇ ਗੱਲ ਦੇ ਰੱਫੜ ਪੈਂਦੇ। ਖੂਨ ਖਾਰ ਇੱਥੇ ਰਹਿੰਦੀਆਂ ਬਿੱਲੀਆਂ, ਜਿਹਨੂੰ ਆਖਣ ਰਹਿਣ ਬਸੇਰਾ, ਇੱਕ ਦੂਜੀ ਨਾਲ ਰਹਿਣ ਭਿੜਦੀਆਂ, ਐਸਾ ਪੌਣ ਖਲੇਰਾ, ਹੰਭ ਹਾਰ ਜਦੋਂ ਬਹਿ ਜਾਣ ਦੋਵੇਂ, ਫਿਰ ਚੜ੍ਹਦਾ ਨਵਾਂ ਸਵੇਰਾ, ਜਦੋਂ ਬਿੱਲੀਆਂ ਦੇ ਵਿੱਚ ਖਚਰਾ ਬਾਂਦਰ ਆ ਕੇ ਕਰੇ ਨਵੇੜਾ। ਨੌ ਸੱਸ ਦੀ ਹੁਣ ਉਲਝੀ ਤਾਣੀ, ਸਿਰ ਤੋਂ ਲੰਘਿਆ ਜਾਪੇ ਪਾਣੀ, ਸਹੁਰਾ ਆਖੇ ਮੇਰੀ ਨੌ ਸਿਆਣੀ, ਮੁੰਡਾ ਕਰਦਾ ਇਲੂ ਇਲੂ ਆ, ਸਾਰੇ ਘਰ ਵਿੱਚ ਹੁੰਦੀ ਰਹਿੰਦੀ ਨੀਲੂ 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 ਡਾਰਲਿੰਗ ਨੀਲੂ 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 ਬੇਟਾ, ਸਿਰੇ ਸਾਰੇ ਟੱਬਰ ਦਾ ਖਾਂਦੀ, ਬਲਦੀ ਉੱਤੇ ਤੇਲ ਹੈ ਪਾਉਂਦੀ, ਚਾਬੀਆਂ ਲੱਕ ਨਾਲ ਲਟਕਾਉਂਦੀ, ਪਾਉਂਦੀ ਕੜਵਾਸਿਆ, ਇਹਨੂੰ ਗੁਲਾਬੋਂ ਵਾਸੀ ਨਾ ਸਮਝਿਓ, ਇਹੀ ਤੇ ਨੀਲੂ ਦੀ ਸੱਸ ਆ। ਓ ਨੋ, ਇੰਜਣ ਬੰਦਾ ਨਵੇਂ ਪੁਰਾਣੇ ਨੁਕਤੇ ਤਰ੍ਹਾਂ ਤਰ੍ਹਾਂ ਦੇ ਜਾਣੇ, ਚਾਚਾ ਕਰਦਾ ਧਰਨ ਟਿਕਾਣੇ, ਹਰ ਕੋਈ ਜਾਂਦਾ ਘਾਬਰਿਆ, ਮੜ ਗਿਆ ਛੇੜ ਕੇ ਤਾਂ ਦੇਖ ਲਓ, ਜਦ ਹੀ ਧਰ ਦਿੰਦਾ ਓਏ ਡੂਹੇ ਦਾ ਡੰਗਿਆ ਤੇ ਚਤਰੇ ਦਾ ਚੰਡਿਆ ਇੱਕ ਬਰਾਬਰ ਆ। ਨੀਲੂ ਨੀਲੂ ਡਾਰਲਿੰਗ ਨੀਲੂ 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 ਬੇਟਾ, ਨੀਲੂ ਬੀਬੀ ਜੀ, ਨੀਲੂ ਬੀਬੀ ਜੀ, ਨੀਲੂ ਭਾਬੀ, ਨੀਲੂ ਭਾਬੀ, ਮੰਮੀ ਜੀ, ਨੀਲੂ ਭਾਬੀ ਕਿੱਥੇ ਹੈ? ਨੀਲੂ ਡਾਰਲਿੰਗ ਨੀਲੂ ਭਾਬੀ, ਸਾਰੇ ਟੱਬਰ ਦੇ ਸਿਰ ਚ ਸੁਆਹ ਪਾਤੀ, ਜੀ ਨੂੰ ਵੀ ਦੇਖੋ ਨੀਲੂ 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 ਕਮਲੇ ਹੋਏ ਫਿਰਦੇ ਨੇ ਨੀਲੂ ਪਿੱਛੇ, ਮੈਨੂੰ ਨੀ ਸਮਝ ਆਉਂਦੀ ਇਹਨੇ ਕੀ ਕੀਤਾ, ਆ ਕੀ ਹੋ ਰਿਹਾ, ਜਵਾਬ ਦੇ ਮੈਨੂੰ। ਪਹਿਲਾਂ ਸਵਾਲ ਤਾਂ ਕਰੋ ਮਾਤਾ ਜੀ। ਮਾਤਾ ਜੀ, ਮੈਂ ਤੁਹਾਨੂੰ ਮਾਤਾ ਜੀ ਲੱਗਦੀ ਆ, ਸ਼ਰਮ ਨਹੀਂ ਆਉਂਦੀ ਤੁਹਾਨੂੰ ਕਹਿੰਦੇ, 6 ਸਾਲ ਛੋਟੀ ਆ ਤੁਹਾਡੇ ਕੋਲੋਂ। ਲਾਂਤਾ ਮਾਲਕੋ ਤੁਹਾਡੇ ਤੇ, ਉਹ ਤੁਹਾਡੇ ਨੂੰ ਸਿਰਫ 6 ਸਾਲ ਛੋਟੇ ਆ, ਤੇ ਤੁਸੀਂ ਉਹਨਾਂ ਤੋਂ ਐਦਾਂ ਡਰੀ ਜਾਂਦੇ ਜਿੱਦਾਂ ਉਹ ਤੁਹਾਡੇ ਨੂੰ 15-20 ਸਾਲ ਵੱਡੇ ਆ ਹੁਣ। ਚੁੱਪ ਕਰ ਜਾਓ, ਮੈਨੂੰ ਇਸ ਗੱਲ ਦਾ ਜਵਾਬ ਦਿਓ, ਅੱਜ ਸਾਰੇ ਜਣੇ ਤੁਸੀਂ ਨੀਲੂ ਨੀਲੂ ਦੀ ਰੱਟ ਕੇ ਲਾਈ ਸੀ ਬਈ, ਆਖਰ ਉਹ ਘਰ ਦੀ ਮਾਲਕਣ ਆ। ਹਾਏ ਹਾਏ, ਕੀ ਹੋਇਆ, ਬੰਦੀ ਵੱਡੀ ਗਈ, ਮੇਰੇ ਹੁੰਦੇ ਉਹ ਇਸ ਘਰ ਦੀ ਮਾਲਕਣ ਕਿਵੇਂ ਹੋ ਸਕਦੀ ਹੈ? ਡੈਡੀ ਜੀ, ਆ ਤਾਂ ਤੁਸੀਂ ਅੱਜ ਨੰਗੀਆਂ ਹੀ ਤਾਰਾਂ ਨੂੰ ਹੱਥ ਲਾ ਲਿਆ ਭਈ, ਇਹ ਤਾਂ ਹੁਣ ਗਲਤੀ ਹੋ ਗਈ, ਜੇ ਗਲਤੀ ਹੋ ਗਈ ਤੇ ਫਿਰ ਭੁਗਤੋ, ਮੈਂ ਤੇ ਚੱਲਿਆ ਆ। ਖੜਾ ਰਹਿ ਇੱਥੇ, ਕੋਈ ਆਪਣੀ ਜਗ੍ਹਾ ਤੋਂ ਨਹੀਂ ਲੇਗਾ, ਅੱਜ ਇਸ ਗੱਲ ਦਾ ਫੈਸਲਾ ਹੋ ਕੇ ਰਹੇਗਾ ਕਿ ਇਸ ਘਰ ਦਾ ਮਾਲਕ ਕੌਣ ਹੈ। ਨੀਲੂ, ਹਾਂਜੀ ਮੰਮੀ ਜੀ, ਇਹ ਸਭ ਕੀ ਬੋਲ ਰਹੇ ਨੇ? ਮੈਨੂੰ ਤਾਂ ਕੁਝ ਨਹੀਂ ਕਹਿ ਰਹੇ, ਤੁਹਾਨੂੰ ਹੀ ਕਹਿ ਰਹੇ ਹੋਣੇ, ਆਪ ਹੀ ਨਹੀਂ ਬੜ ਲੋ, ਮੈਂ ਤਾਂ ਚੱਲੀ। ਕਿੱਥੇ ਚੱਲੀ ਹੈ? ਖੜੇ ਤੇ ਮੈਨੂੰ ਇਹ ਦੱਸ, ਇਸ ਘਰ ਦਾ ਮਾਲਕ ਕੌਣ ਹੈ? ਮਾਲਕ, ਮਾਲਕ ਡੈਡੀ ਜੀ। ਪੁੱਤਾ ਕੀ ਸਿਆਪਾ ਪਾਉਣ ਲੱਗੀ ਹੈ? ਦੂਜੇ ਮਾਲਕ ਧੀਰਜ, ਆ ਕੀ ਮੁਸੀਬਤ ਪਾਤੀ ਮਾਲਕ ਜੀ, ਮੈਂ ਤਾਂ ਨੌਕਰ ਵੀ ਹੈ ਨੀਗਾ। ਉਹ ਜੇ ਮੇਰੀ ਸਲਾਹ ਮੰਨੋ ਨਾ, ਕਿ ਜਿੰਨਾ ਚਿਰ ਤੁਹਾਡਾ ਫੈਸਲਾ ਨਹੀਂ ਹੁੰਦਾ ਤੁਸੀਂ ਮੈਨੂੰ ਮਾਲਕ ਰੱਖ ਲਓ। ਆ ਬੂਥੀ ਦੇਖੀ ਇਹਨਾਂ ਨੇ, ਇਹ ਮਾਲਕ ਲੱਗਦੇ ਨੇ ਤੈਨੂੰ? ਦੇਖੋ ਮੰਮੀ ਜੀ, ਅਸਲੀ ਮਾਲਕ ਤੇ ਉਹੀ ਹੁੰਦਾ ਨਾ ਜਿਹੜਾ ਕਮਾ ਕੇ ਲਿਆਵੇ। ਫੇਟੇ ਮੂੰਹ ਤੇਰੇ, ਤੈਨੂੰ ਇੰਨੀ ਵੀ ਸਮਝ ਨਹੀਂ, ਮਾਲਕ ਉਹ ਹੁੰਦਾ ਜਿਹੜਾ ਖਰਚਾ ਕਰਦਾ। ਅੱਛਾ, ਲੈ ਫਿਰ ਮੰਮੀ, ਅਸਲੀ ਮਾਲਕ ਤਾਂ ਛੋਟੂ ਹੋਇਆ ਨਾ, ਸਾਰੇ ਖਰਚੇ ਤੇ ਇਹੀ ਕਰਦਾ, ਇਹ ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਟੈਲੀਫੋਨ ਦਾ ਬਿੱਲ, ਸਾਰੇ ਤੇ ਇਹੀ ਦਿੰਦਾ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਜੀ, ਜਿੰਨਾ ਚਿਰ ਤੁਹਾਡਾ ਫੈਸਲਾ ਨਹੀਂ ਨਾ ਹੁੰਦਾ ਤੁਸੀਂ ਮੈਨੂੰ ਵੀ ਮਾਲਕ ਰੱਖ ਲਓ। ਮੈਂ ਤੈਨੂੰ 1200 ਰੁਪਏ ਮਹੀਨੇ ਤੇ ਰੱਖਿਆ ਹੋਇਆ। ਮੰਮੀ ਹੁਣ ਮੇਰੇ ਸਾਰੀ ਗੱਲ ਸਮਝ ਆ ਗਈ। ਇਹ ਦੱਸ, ਇਸ ਘਰ ਦਾ ਮਾਲਕ ਕੌਣ ਹੈ? ਮੰਮੀ ਜੀ, ਇਹ ਖਰਚਾ ਤੇ ਸਾਰਾ ਛੋਟੂ ਹੀ ਕਰਦਾ, ਪਰ ਇਹਨੇ ਅੱਗੇ 1200 ਰੁਪਏ ਤੇ ਤੁਹਾਨੂੰ ਮਾਲਕ ਰੱਖਿਆ ਹੋਇਆ। ਇਹ ਹਾਸਾ ਕਿਦਾਂ? ਹਾਸਾ ਇਸ ਗੱਲ ਦਾ ਕਿ ਸਾਨੂੰ ਹੁਣ ਸਮਝ ਆ ਗਈ। ਗੱਲ ਸੁਣ ਲਓ ਕੰਨ ਖੋਲ ਕੇ, ਇਸ ਘਰ ਦੀ ਅਸਲੀ ਮਾਲਕ ਮੈਂ ਹਾਂ, ਮਿਸਟਰ ਸਰੋਜ ਬਖਸ਼ੀ, ਮੇਰੀ ਆਗਿਆ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਲੂਗਾ। ਠੀਕ ਹੈ ਠੀਕ ਹੈ। ਬੀਬੀ ਜੀ, ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਸਮਝਾਇਆ ਵੀ ਬਾਹਲਾ ਗੁੱਸਾ ਜਿਹੜਾ ਸਿਹਤ ਲਈ ਚੰਗਾ ਨਹੀਂ ਹੁੰਦਾ। ਚਲੋ ਹੁਣ ਗੁੱਸਾ ਥੁੱਕ ਦਿਓ, ਮੈਨੂੰ ਇਹ ਦੱਸੋ ਵੀ ਆ ਮੈਂ ਸਬਜ਼ੀ ਜਿਹੜੀ ਆ ਇਹ ਕਿੱਥੇ ਰੱਖਾਂ? ਐ ਕਰ, ਮੇਰੇ ਨਾਲ ਸੱਤੇ ਰੱਖ ਦੇ। ਲਾ ਬੀਬੀ ਜੀ, ਦਰ ਫਿਟੇ ਮੂੰਹ ਕਮੀਨੀ ਏ ਸਬਜ਼ੀ ਏ, ਬੀਬੀ ਜੀ ਨੂੰ ਕੁਛ ਨਹੀਂ ਦੇਖ ਸਕਦੀ। ਮੰਮੀ ਜੀ, ਮੰਮੀ
ਤੇ ਗੱਲ ਸੁਣ, ਦੂਜੀ ਵਾਰੀ ਕੱਲਾ ਮੰਮੀ ਕਿਉਂ ਗਏ ਮੈਨੂੰ? ਜੀ ਕਿਉਂ ਨੀ ਲਾਇਆ ਨਾਲ? ਅਜੇ ਲਾਉਣਾ ਸੀ, ਤੁਸੀਂ ਪਹਿਲੇ ਨਾ ਗਏ। ਮੈਂ ਸਭ ਸਮਝਦੀ ਹਾਂ ਤੇਰੇ ਚਲਾਕੀਆਂ, ਤੇਰਾ ਬਸ ਚੱਲੇ ਤਾਂ ਤੂੰ ਜੀ ਤਾਂ ਕੀ ਮੈਨੂੰ ਮੰਮੀ ਵੀ ਨਾ ਕਹੇ, ਨੀ ਕਹੇ ਨੀ। ਹਾਏ ਨੀ, ਮੈਂ ਕਦੋਂ ਕਿਹਾ ਨੀ ਤੁਹਾਨੂੰ? ਨਾਲੇ ਮੰਮੀ ਨਾਲ ਜੀ ਲਾਉਣ ਨਾਲ ਕੋਈ ਜ਼ਿਆਦਾ ਇੱਜ਼ਤ ਨਹੀਂ ਹੋ ਜਾਂਦੀ। ਹੁਣ ਮੈਂ ਆਪਣੇ ਪੇਕੇ ਘਰ ਵੀ ਤਾਂ ਆਪਣੀ ਮੰਮੀ ਨੂੰ ਮੰਮੀ ਹੋਈ ਕਹਿੰਦੀ ਆ। ਆਪਦੇ ਘਰ ਉੱਥੇ ਜੋ ਮਰਜ਼ੀ ਕਹਿ, ਚਾਹੇ ਕੱਲੀ ਮੰਮੀ ਕਹਿ ਚਾਹੇ ਉਹ ਵੀ ਨਾ ਕਹਿ, ਉੱਥੇ ਕਿਹੜਾ ਕਿਸੇ ਦੀ ਇੱਜ਼ਤ ਹੈ? ਪਰ ਕੰਨ ਖੋਲ ਕੇ ਸੁਣ ਲੈ, ਇਹ ਸਾਡਾ ਘਰ ਹੈ, ਇੱਥੇ ਹਰ ਚੀਜ਼ ਦੀ ਇੱਜ਼ਤ ਹੈ, ਜੀ ਤੋਂ ਬਿਨਾਂ ਗੱਲ ਨਹੀਂ ਕਰਨੀ ਇੱਥੇ। ਅੱਛਾ ਜੀ ਮੰਮੀ ਜੀ, ਹੁਣ ਇਹ ਵੀ ਦੱਸ ਦਿਓ ਜੀ ਕਿ ਅੱਜ ਸਬਜ਼ੀ ਜੀ ਕੀ ਬਣਾਉਣੇ ਆ ਜੀ? ਕਰੇਲੇ ਬਣਾ ਲਿਆ ਭਰ ਕੇ। ਅੱਛਾ ਜੀ ਮੰਮੀ ਜੀ, ਮੈਂ ਕਰੇਲਾ ਜੀ ਨੂੰ ਛਿਲ ਕੇ ਵਿੱਚ ਮਸਾਲਾ ਜੀ ਨੂੰ ਭਰ ਕੇ ਹੁਣੇ ਬਣਾ ਲੈਣੀ ਆ ਜੀ। ਇੰਨਾ ਜੀ ਲਾਉਣ ਦੀ ਵੀ ਲੋੜ ਨਹੀਂ, ਨਾਲੇ ਕਰੇਲੇ ਨਾਲ ਜੀ ਲਾਉਣ ਦੀ ਕੀ ਲੋੜ ਹੈ? ਅੱਛਾ, ਕਰੇਲੇ ਨਾਲ ਜੀ ਲਾਉਣ ਦੀ ਕੋਈ ਲੋੜ ਨਹੀਂ, ਪਰ ਮੈਨੂੰ ਤਾਂ ਲੱਗਿਆ ਸੀ ਕਿ ਹਰ ਕੌੜੀ ਚੀਜ਼ ਨਾਲ ਜੀ ਲਾਉਣ ਦੀ ਲੋੜ ਹੈ। ਬਹੁਤੀਆਂ ਗੱਲਾਂ ਨਾ ਮਾਰ, ਕਰੇਲੇ ਛਿਲ, ਪਿਆਜ਼ ਕੱਟ ਤੇ ਮਸਾਲਾ ਬਣਾ। ਜੀ ਮੰਮੀ ਜੀ। ਸਰੋਜ ਨੀ, ਸਰੋਜ ਨੀ, ਸਰੋਜ ਪਤਾ ਨੀ ਕਿੱਥੇ ਚਲੀ ਗਈ। ਜਾਣਾ ਨਾ ਕਰੇ ਕਿੱਥੇ ਖੂਹ ਚ, ਇੱਥੇ ਅੰਦਰ ਸੀ ਜਰਾ, ਨੂੰਹ ਦਾ ਦਿਮਾਗ ਠੀਕ ਕਰੀ ਜਾਂਦੀ ਸੀ। ਹਾਏ ਹਾਏ ਨੀ, ਉਹਦੇ ਦਿਮਾਗ ਨੂੰ ਕੀ ਹੋਇਆ? ਚੈੱਕ ਕਰਵਾਇਆ? ਲੈ, ਚੈੱਕ ਕਰਾਉਣ ਦੀ ਕੀ ਲੋੜ ਹੈ? ਮੈਂ ਤਾਂ ਝਟਕਾਂ ਦੇ ਦੇ ਕੇ ਉਹਦਾ ਦਿਮਾਗ ਠੀਕ ਕਰ ਰੱਖਿਆ, ਲਿਹਾਜ਼ ਨੀ ਮੈਂ ਕਰਦੀ, ਭੋਰਾ ਵੀ ਖਿੱਚ ਕੇ ਰੱਖੀ ਆ, ਤੀਰ ਵਾਂਗੂ ਸਿੱਧੀ ਰਹਿੰਦੀ ਹੈ। ਚੰਗਾ ਕਰਦੀ ਹੈ, ਮੈਂ ਤਾਂ ਆਪ ਆਪਣੀ ਨੂੰਹ ਨੂੰ ਹਰ ਵੇਲੇ ਸੂਲੀ ਤੇ ਟੰਗੀ ਰੱਖਦੀ ਹੈ, ਜੇ ਢਿੱਲਾ ਛੱਡਦੀ ਹੈ ਨਾ ਤਾਂ ਇਹ ਦਿਮਾਗ ਖਰਾਬ ਹੁੰਦਾ, ਇੱਕ ਮਿੰਟ ਨੀ ਲੱਗਦਾ ਇਹਨਾਂ ਨੂੰਹਾਂ ਦਾ। ਤੇ ਤੈਨੂੰ ਪਤਾ ਉਹ ਲਲਤਾ ਦੀ ਨੂੰਹ ਨੇ ਕੀ ਕੀਤਾ? ਕਿਹੜੀ ਲਲਤਾ? ਜਿਹੜੀ ਪਿਛਲੀ ਗਲੀ ਚ ਰਹਿੰਦੀ ਹੈ? ਆਹੋ ਉਹੀ, ਉਹਦੀ ਨੂੰਹ ਨੇ ਚਾਕੂ ਮਾਰ ਕੇ ਆਪਣੀ ਸੱਸ ਦੀ ਬਾਂਹਦੀ ਨੱਸ ਕੱਟੀ। ਉਹ ਕਿੱਦਾਂ? ਰਸੋਈ ਚ ਖੜੀ ਸਬਜ਼ੀ ਕੱਟਦੀ ਸੀ, ਹੱਥ ਚ ਛੁਰੀ ਸੀ, ਲਲਤਾ ਨੇ ਉਹਨੂੰ ਕਿਸੇ ਗੱਲੋਂ ਝਿੜਕਿਆ, ਬਸ ਫੇਰ ਕੀ ਸੀ, ਉਸ ਕਮੀਨੀ ਨੇ ਛੁਰੀ ਚਲਾਤੀ। ਨਹੀਂ ਨਹੀਂ, ਮੈਂ ਤਾਂ ਆਪਣੀ ਨੂੰਹ ਤੋਂ ਸਾਰੀਆਂ ਛੁਰੀਆਂ ਚੱਕ ਕੇ ਪਰੇ ਰੱਖਤੀਆਂ, ਅਲਮਾਰੀ ਚ ਲੁਕੋਤੀਆਂ। ਇਹ ਕੀ ਕੀਤਾ? ਕਰੇਲੇ ਕੱਟੇ ਐ। ਸਬਜ਼ੀ ਕੱਟਣੀ ਆਉਂਦੀ ਹੈ ਤੈਨੂੰ? ਕਿਉਂ ਕੱਟਦੇ ਨੇ ਕਰੇਲੇ? ਤੇਰੀ ਮਾਂ ਨੇ ਤੈਨੂੰ ਸਬਜ਼ੀ ਕੱਟਣੀ ਤਾਂ ਸਿਖਾਈ ਨਹੀਂ। ਜਾ ਕੇ ਪਹਿਲਾਂ ਕਰੇਲੇ ਕੱਟਣੇ ਸਿੱਖ। ਹੁਣ ਦੇਲੇ ਪਾੜ ਪਾੜ ਕੇ ਮੇਰੇ ਕਿਹੜੀ ਜਾਗਦੀ ਹੈ? ਫੁੱਟ ਕੁਛ ਦੱਸਾਂ, ਦੱਸਾਂ ਕਰੇਲੇ ਕਿਵੇਂ ਕੱਟੀ ਦੇ ਨੇ? ਆ ਵੇਖੋ, ਏਦਾਂ ਕੱਟੀ ਦੇ ਨੇ ਕਰੇਲੇ। ਕੀ ਹੋਇਆ? ਕੁਛ ਨੀ ਕੁਛ ਨੀ, ਤੂੰ ਤਾਂ ਚੱਲ। ਮੈਂ ਦੇਖਦੀ ਹਾਂ ਵੱਡੀ ਕਰੇਲੇ ਕੱਟਣ ਵਾਲੀ ਨੂੰ। ਨੀਲੂ, ਮੈਂ ਵੀ ਤੇਰੀ ਸੱਸ ਹਾਂ ਸੱਸ। ਚਲਤੇ ਚਲਤੇ ਯੂੰ ਹੀ ਕੋਈ ਮਿਲ ਗਿਆ ਥਾ, ਯੂੰ ਹੀ ਕੋਈ ਮਿਲ ਗਿਆ ਥਾ ਸਰੇ। ਨੀਲੂ, ਨੀਲੂ ਪੁੱਤ। ਕੀ ਹੋਇਆ ਮੰਮੀ ਜੀ? ਕੁਛ ਨੀ ਪੁੱਤ ਕੁਛ ਨੀ, ਇਹ ਛੁਰੀ ਤੂੰ ਮੈਨੂੰ ਦੇ ਦੇ। ਨਹੀਂ ਨਹੀਂ, ਮੈਂ ਸਾਰੀ ਸਬਜ਼ੀ ਕੱਟਣੀ ਹੈ। ਨੀਲੂ ਪੁੱਤ। ਪੁੱਤ ਕੌਣ? ਪੁੱਤ ਤੂੰ ਮੇਰਾ ਪੁੱਤ। ਨੀਲੂ, ਸਬਜ਼ੀ ਮੈਂ ਕੱਟਾਂਗੀ, ਤੇਰਾ ਕੰਮ ਥੋੜੀ ਸਬਜ਼ੀ ਕੱਟਣਾ। ਸਬਜ਼ੀ ਨਾ ਹਮੇਸ਼ਾ ਮੈਂ ਕੱਟਿਆ ਕਰੂੰਗੀ ਪੁੱਤ। ਮੈਨੂੰ ਕੀ ਪ੍ਰੋਬਲਮ ਹੈ, ਤੁਸੀਂ ਕੱਟ ਲਿਆ ਕਰੋ। ਪ੍ਰੋਬਲਮ ਇਹ ਹੈ ਕਿ ਤੈਨੂੰ ਸਬਜ਼ੀ ਕੱਟਣੀ ਨਹੀਂ ਆਉਂਦੀ। ਅੱਛਾ, ਫਿਰ ਕੱਟ ਵੀ ਤੁਸੀਂ ਲਿਆ ਕਰੋ ਤੇ ਬਣਾ ਵੀ ਤੁਸੀਂ ਹੀ ਲਿਆ ਕਰੋ। ਬਹੁਤ ਹੈ ਨਾ ਬੋਲ, ਸਬਜ਼ੀ ਮੈਂ ਕੱਟਿਆ ਕਰੂੰਗੀ ਤੇ ਬਣਾਇਆ ਤੂੰ ਕਰੇਂਗੀ, ਛੁਰੀ ਨੂੰ ਹੱਥ ਵੀ ਨਹੀਂ ਲਾਉਣਾ, ਸਮਝ ਗਈ ਨਾ? ਸਮਝ ਤਾਂ ਮੈਂ ਗਈ ਮੰਮੀ ਜੀ, ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ 5 ਮਿੰਟ ਪਹਿਲਾਂ ਜਿਹੜਾ ਪਿਆਰ ਟਪ 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 ਟਪਕ ਰਿਹਾ ਸੀ ਉਹ ਕਿੱਥੇ ਚਲਾ ਗਿਆ? ਅਚਾਨਕ ਹੋ ਕੀ ਗਿਆ? ਚੁੱਪ ਕਰ ਗਿਆ ਨੀਲੂ, ਕਿਉਂਕਿ ਛੁਰੀ ਹੁਣ ਮੇਰੇ ਹੱਥ ਹੈ। ਚਾਕੂ ਛੁਰੀਆਂ ਤੇਜ਼ ਕਰਾ ਲੋ। ਚਾਕੂ ਛੁਰੀਆਂ ਤਾਂ ਮੈਂ ਤੇਰੀਆਂ ਤੇਜ਼ ਕਰੂੰਗੀ, ਤੂੰ ਦੇਖੀ ਤਾਂ ਚੱਲ। ਵਿੱਕੀ, ਓ ਵਿੱਕੀ, ਵਿੱਕੀ। ਹਾਂਜੀ ਡੈਡੀ ਜੀ। ਯਾਰ, ਇੱਕ ਤਾਂ ਮੈਨੂੰ ਤੇਰੀ ਸਮਝ ਨਹੀਂ ਆਉਂਦੀ, ਮੈਂ ਕਿਸੇ ਨੂੰ ਵੀ ਆਵਾਜ਼ ਮਾਰਦਾ ਅੰਦਰੋਂ ਤੂੰ ਆ ਜਾਂਦਾ। ਨਾ ਇਸ ਘਰ 'ਚ ਹੋਰ ਤੁਹਾਡੀ ਕੋਈ ਸੁਣਦਾ ਹੈ? ਗੱਲ ਤਾਂ ਤੇਰੀ ਠੀਕ ਆ, ਵੈਸੇ ਹੈ ਤਾਂ ਲਾਹਨਤ ਵਾਲੀ ਗੱਲ ਹੈ। ਕਿਹਦੇ ਲਈ? ਸਾਡੇ ਦੋਨਾਂ ਲਈ। ਦੇਖੋ ਨਾ ਕਿੰਨੇ ਢੀਠ ਆ ਅਸੀਂ, ਨਾ ਸਾਨੂੰ ਇਸ ਘਰ 'ਚ ਕੋਈ ਪੁੱਛਦਾ ਨਾ ਕਿਛਦਾ, ਫਿਰ ਵੀ ਆਪਾਂ ਇੱਥੇ ਹੀ ਰਹੀ ਜਾਂਦੇ ਹਾਂ। ਯਾਰ, ਕਸੂਰ ਤਾਂ ਮੇਰਾ ਹੀ ਆ, ਮੈਨੂੰ ਨਾ ਵੈਸੇ ਜ਼ਿੰਦਗੀ 'ਚ ਵਿਆਹ ਕਰਨਾ ਹੀ ਨਹੀਂ ਸੀ ਚਾਹੀਦਾ। ਚੱਲ ਛੱਡੋ ਉਸ ਗੱਲ ਨੂੰ, ਜਵਾਨੀ 'ਚ ਬੰਦਾ ਕੋਈ ਨਾ ਕੋਈ ਤਾਂ ਚਵਲ ਮਾਰ ਹੀ ਬੈਠਦਾ। ਓਏ ਓਏ, ਸ਼ੀਦਾਂ ਨਾਲ ਮਸ਼ਗੂਲੇ ਨਹੀਂ ਕਰੀਦੇ।
ਮੈਨੂੰ ਇਹ ਦੱਸ ਵਿੱਕੀ ਕਿੱਥੇ ਆ? ਕੌਣ ਕਿੱਥੇ ਆ? ਆਪਣੇ ਘਰ ਚ ਵਿੱਕੀ ਨਾਂ ਦਾ ਇੱਕ ਪ੍ਰਾਣੀ ਰਹਿੰਦਾ, ਡੈਡੀ ਜੀ ਉਹਦੇ ਬਾਰੇ ਪੁੱਛ ਰਹੇ ਸੀ। ਓਏ ਪ੍ਰਾਣੀ ਪ੍ਰੂਣੀ ਕੋਈ ਨਹੀਂ ਓਏ, ਉਹ ਤਾਂ ਸਾਡੇ ਪ੍ਰਾਣ ਕੱਢਣ ਲਈ ਪੈਦਾ ਹੋਇਆ। ਖਬਰਦਾਰ ਨਹੀਂ ਮੇਰੇ ਲਾਲ ਨੂੰ ਕੁਝ ਕਿਹਾ। ਤੇ ਆਪਣੇ ਲਾਲ ਨੂੰ ਵੀ ਸਮਝਾ ਦੇ, ਸਾਰੇ ਮੁਹੱਲੇ ਦੀਆਂ ਕੁੜੀਆਂ ਦੇ ਪਿਓ ਤੋਂ ਬਹੁਤ ਤੰਗ ਆਏ ਪਏ ਆ, ਉਹਨਾਂ ਨੇ ਮਾਰ ਮਾਰ ਕੇ ਨਾ ਤੇਰੇ ਲਾਲ ਨੂੰ ਨੀਲਾ ਕਰਤੇ ਨਾ। ਡੈਡੀ ਜੀ ਨੀਲਾ ਰਹਿਣ ਦਿਓ, ਉਹਨੂੰ ਜਾਮਣੀ ਕਰਵਾਓ, ਮੈਨੂੰ ਵੈਸੇ ਹੀ ਉਹਨੂੰ ਦੇਖ ਦੇਖ ਕੇ ਕੰਪਲੈਕਸ ਹੁੰਦਾ ਰਹਿੰਦਾ। ਤੂੰ ਨਾ ਦੇਖਿਆ ਕਰ ਉਹਦੇ ਕੰਨੀ, ਐਵੇਂ ਨਜ਼ਰ ਲਾਏਗਾ ਨਾ। ਉਹਦੀ ਨਜ਼ਰ ਨੂੰ ਨਾ ਰੋਕਿਓ, ਮੈਨੂੰ ਕਹੀ ਜਾਇਓ, ਸਾਰੇ ਮੁਹੱਲੇ ਦੀਆਂ ਕੁੜੀਆਂ ਤੇ ਨਜ਼ਰ ਰੱਖੀ ਬੈਠਾ ਹੋ। ਤੇ ਸਾਰੇ ਮੁਹੱਲੇ ਦੀਆਂ ਕੁੜੀਆਂ ਦੇ ਪਿਓ ਯੂਨੀਅਨ ਬਣਾ ਕੇ ਸਾਡੇ ਘਰ ਦੇ ਬਾਹਰ ਧਰਨਾ ਦੇਣ ਨੂੰ ਤਿਆਰ ਬੈਠੇ ਆ। ਸੱਚੀ ਕਦੋਂ ਲੱਗੂਗਾ ਪਾਪਾ ਜੀ ਸਾਡੇ ਘਰ ਦੇ ਬਾਹਰ ਧਰਨਾ? ਮੈਨੂੰ ਨਾ ਧਰਨਿਆਂ ਦਾ ਬੜਾ ਹੀ ਸ਼ੌਂਕ ਹੈ। ਜਦ ਮੈਂ ਕਾਲਜ ਵਿੱਚ ਪੜ੍ਹਦੀ ਸੀ ਨਾ ਤੇ ਧਰਨੇ ਲਾਉਣ ਚ ਫਸਟ ਆਉਂਦੀ ਸੀ। ਆਈ ਲਵ ਧਰਨਾ। ਇਹਨੂੰ ਮੈਂ ਪਹਿਲੀ ਵਾਰ ਧਰਨੇ ਚ ਹੀ ਦੇਖਿਆ ਸੀ। ਅੱਛਾ, ਤੇ ਤੂੰ ਮੇਰੇ ਪੁੱਤ ਨੂੰ ਧਰਨਾ ਦੇ ਕੇ ਫਸਾਇਆ? ਨਹੀਂ ਜੀ, ਧਰਨਾ ਤਾਂ ਮੈਂ ਪਹਿਲਾਂ ਲਾਇਆ ਹੋਇਆ ਸੀ, ਪੁੱਤ ਤਾਂ ਤੁਹਾਡਾ ਬਾਅਦ ਚ ਫਸਣ ਲਈ ਆਇਆ। ਦਰਅਸਲ ਉਹ ਤਾਂ ਮੈਂ ਧਰਲੇ ਨਾਲੇ ਸਿੱਖਣਾ ਚਾਹੁੰਦਾ ਸੀ ਨਾ। ਬੰਦ ਕਰ ਆਪਣੀਆਂ ਜਬਲੀਆਂ, ਤੂੰ ਮੈਨੂੰ ਇਹ ਦੱਸ ਕਿ ਵਿੱਕੀ ਕਿੱਥੇ ਆ? ਕੀ ਕਰਾਉਣਾ ਵਿੱਕੀ ਤੋਂ? ਚਿੱਤਰ ਮਾਰਨੇ ਆ। ਡੈਡੀ ਜੀ ਉਹਦੀ ਕੀ ਲੋੜ ਹੈ? ਕਿ ਚੰਗਾ ਨਹੀਂ ਨਾ ਲੱਗਦਾ ਵੀ ਆਦਮੀ ਬਾਹਰੋਂ ਵੀ ਚਿੱਤਰ ਖਾ ਕੇ ਆਵੇ ਤੇ ਫਿਰ ਘਰੇ ਆ ਕੇ ਵੀ ਚਿੱਤਰ ਖਾਵੇ। ਤੇ ਉਹ ਬਾਹਰੋਂ ਚਿੱਤਰ ਖਾ ਕੇ ਆਊਗਾ? ਆਉਂਦਾ ਹੀ ਹੋਣਾ, ਤੁਸੀਂ ਆਪ ਹੀ ਵੇਖ ਲਿਓ। ਕੀ ਹੋ ਗਿਆ ਮੇਰੇ ਲਾਲ ਨੂੰ? ਖੂਨ ਪੀ ਜਾਣਾ ਮੈਂ ਉਹਨਾਂ ਦਾ। ਪਰ ਜਾਣੇ ਆਉਂਦਾ ਦਾ ਸਾਰਾ ਕਢਾਇਆ। ਕੀ ਹੋਇਆ, ਕਿਵੇਂ ਕੁੱਟਿਆ ਤੈਨੂੰ? ਇੱਕ ਕੁੜੀ ਦੇ ਭਰਾਵਾਂ ਮੈਨੂੰ ਕੁੱਟਿਆ, ਦੂਜੇ ਵਾਲਿਆਂ ਨੇ ਤੂੰ ਤਾਂ ਕੁੱਟਿਆ। ਉਸ ਕੁੜੀ ਦੇ ਕਿੰਨੇ ਭਰਾ ਸੀ ਜਿਨ੍ਹਾਂ ਤੁਹਾਨੂੰ ਕੁੱਟਿਆ? ਕੁੱਟਣ ਵਾਲੇ ਦੇ ਚਾਰ ਹੀ ਸੀ, ਦੋ ਤਿੰਨ ਹਾਲੇ ਹੋਰ ਪਏ ਸੀ। ਵੈਸੇ ਮਾਲਕੋ ਤੁਸੀਂ ਉਸ ਕੁੜੀ ਨਾਲ ਪੰਗਾ ਹੀ ਕਿਉਂ ਲਿਆ? ਛੇ ਸੱਤ ਭਰਾ ਸੀ। ਮੈਨੂੰ ਕੀ ਪਤਾ, ਉਹਦੇ ਪਿਓ ਨੇ ਫੈਮਿਲੀ ਪਲੈਨਿੰਗ ਨਹੀਂ ਕੀਤੀ। ਆਹੋ, ਪਹਿਲਾਂ ਕੁੜੀ ਨੂੰ ਪੁੱਛ ਲੈਣਾ ਸੀ। ਭੈਣ ਜੀ ਤੁਹਾਨੂੰ ਛੇੜਨ ਨੂੰ ਦਿਲ ਕਰਦਾ, ਪਰ ਪਹਿਲਾਂ ਇਹ ਦੱਸ ਦੇ ਤੁਹਾਡੇ ਭਰਾ ਕਿੰਨੇ ਕਾ? ਓ ਲਾਂਟੀਓ, ਜਦੋਂ ਛਿੱਤਰ ਪੈ ਰਹੇ ਹੁੰਦੇ ਆ ਨਾ, ਚਾਰ ਪੰਜ ਭਰਾ ਤਾਂ ਟੁਰੇ ਜਾਂਦੇ ਵੱਜ ਜਾਂਦੇ ਹੁੰਦੇ ਆ ਛਿੱਤਰ ਮਾਰਨ ਦੇ ਚੱਕਰ 'ਚ। ਲੈ ਮੈਂ ਵੀ ਭਰਾ ਵਾਂ, ਮੈਂ ਵੀ ਖਾ ਲਾਂ। ਅਸੀਂ ਸਾਡੇ ਮਾਲਕਾਂ ਨੂੰ ਜਾਣਦੇ ਨਹੀਂ, ਇਸ ਕੰਮ ਦਾ ਸਾਡੇ ਮਾਲਕਾਂ ਨੂੰ ਪੂਰਾ ਤਜਰਬਾ। ਡੈਡੀ ਕਿਤੇ ਤੁਸੀਂ ਵੀ ਮੰਮੀ ਦਾ ਭਰਾ? ਚੁੱਪ ਕਰ, ਖਾ ਪੁਰਾਣੇ ਜ਼ਖਮ ਕਰੇਦੀ ਜਾਂਦਾ। ਉਹ ਪੁਰਾਣੇ ਜ਼ਖਮਾਂ ਨੂੰ ਬਾਅਦ ਚ ਰੋ ਲਿਓ, ਪਹਿਲਾਂ ਮੇਰੇ ਤਾਜ਼ੇ ਤੇ ਨਵੇਂ ਜ਼ਖਮਾਂ ਦਾ ਇਲਾਜ ਕਰੋ। ਡੈਡੀ ਜੇ ਹੁਕਮ ਹੋਵੇ ਤਾਂ ਡਾਕਟਰ ਨੂੰ ਬੁਲਾਵਾਂ? ਆਹੋ ਬੁਲਾ ਲਾ ਡਾਕਟਰ ਨੂੰ, ਪੁਲਿਸ ਨੇ ਆਪੇ ਨਾਲ ਲੈਣ। ਓਏ ਇਹਨੂੰ ਨਾ ਬੁਲਾਓ, ਨਾ ਡਾਕਟਰ ਨੂੰ ਨਾ ਪੁਲਿਸ ਨੂੰ, ਜੇ ਬੁਲਾਣਾ ਹੀ ਹੈ ਨਾ ਮੇਰੀ ਮਾਂ ਨੂੰ ਬੁਲਾਓ। ਆਹੋ ਮੈਂ ਬੀਬੀ ਜੀ ਨੂੰ ਬੁਲਾ ਕੇ ਲਿਆਉਣਾ, ਉਹਨਾਂ ਚ ਦੋਨੇ ਗੁਣ ਵਾ, ਡਾਕਟਰ ਵਾਲੇ ਵੀ ਤੇ ਪੁਲਿਸ ਵਾਲੇ ਵੀ। ਹਾਏ ਮੇਰਾ ਲਾਲ, ਮਾਰ ਮਾਰ ਕੇ ਨੀਲਾ ਖਤਮ ਹੋਇਆ ਨੀ? ਮੰਮੀ ਇਹ ਤੇ ਸੱਚੀ ਸਾਰਾ ਨੀਲਾ ਹੋਇਆ ਪਿਆ। ਮਾਰਨਾ ਹੀ ਸੀ ਨਾ ਉਹਨਾਂ ਨੇ, ਸ਼ੁਕਰ ਕਰੋ ਕਿ ਨੀਲ ਹੀ ਪਾਏ ਆ, ਸਾਰੇ ਦਾ ਸਾਰਾ ਨੀਲਾ ਨਹੀਂ ਕਰ ਛੱਡਿਆ। ਪਰ ਡੈਡੀ ਜੀ ਮਾਰਨ ਦਾ ਵੀ ਇੱਕ ਤਰੀਕਾ ਹੁੰਦਾ ਹੈ ਨਾ। ਬੜੇ ਬਦਤਮੀਜ਼ ਵਾ ਯਾਰ ਜੀ, ਬੋਲੀ ਤਰੀਕਾ ਤਾਂ ਉਹਨੇ ਵੇਖਿਆ ਕੋਈ ਨਹੀਂ। ਜਾਤੀ ਹੈ ਨਾ ਉਹਦੇ ਨਾਲ। ਮੰਮੀ ਜੀ ਇੱਥੇ ਜਾਤੀ ਵਾਲੀ ਕਿਹੜੀ ਗੱਲ ਆ, ਹੁਣ ਜਿਹਦੀ ਭੈਣ ਨੂੰ ਛੇੜੂਗਾ ਅਗਲਾ ਜਾਤੀ ਨਹੀਂ ਕਰੂਗਾ ਹੋਰ ਕੀ ਕਰੂਗਾ? ਨਾ ਨਾ ਕਾਕਾ, ਉਹਨਾਂ ਦਾ ਫਰਜ਼ ਬਣਦਾ ਸੀ ਇਹਨੂੰ ਪਿਆਰ ਨਾਲ ਆਪਣੇ ਕੋਲ ਬੁਲਾਉਂਦੇ, ਸਤਿਕਾਰ ਨਾਲ ਬਿਠਾਉਂਦੇ, ਇਹਨੂੰ ਠੰਡਾ ਗਰਮ ਪਿਲਾਉਂਦੇ, ਇਹਦੀ ਸੇਵਾ ਕਰਦੇ, ਤੇ ਫਿਰ ਇਹਨੂੰ ਕਹਿੰਦੇ ਲਓ ਭਾਜੀ ਹੁਣ ਸਾਡੀ ਭੈਣ ਨੂੰ ਛੇੜੋ। ਡੈਡੀ ਕਿਤੇ ਏਦਾਂ ਹੀ ਹੁੰਦਾ ਨੀਲੂ? ਹਾਂਜੀ ਡੈਡੀ ਜੀ। ਪੁੱਤ ਜਰਾ ਡਾਂਗ ਫੜਾ ਤਾ, ਸ਼ਾਰਟ ਕੱਟ ਨਾ ਮਾਰੀ ਮੰਮੀ। ਰੋਟੀ ਇਧਰੋਂ ਨਹੀਂ ਇਧਰੋਂ ਖਾਈ ਦੀ। ਤੁਸੀਂ ਛੋਟੂ ਨੂੰ ਉਦੋਂ ਹੀ ਆਵਾਜ਼ ਮਾਰਨੀ ਹੁੰਦੀ ਜਦੋਂ ਮੈਂ ਮਾਰਨੀ ਹੁੰਦੀ ਹੈ। ਜ਼ਿਆਦਾ ਮੂੰਹ ਨਾ ਖੋਲ,
ਮੈਂ ਇਸ ਘਰ ਦੀ ਮਾਲਕਣ ਆ। ਉਹ ਮੇਰਾ ਨੌਕਰ, ਜਦੋਂ ਮੇਰਾ ਜੀ ਕਰੂਗਾ ਉਦੋਂ ਬੁਲਾਉਂਗੀ। ਤੈਨੂੰ ਕਿਤੇ ਕਲੀ ਮੈਂ ਜਾ ਕੇ ਛੋਟੂ ਨੂੰ ਭੇਜ। ਨਹੀਂ ਭੇਜਦੀ। ਲੈ ਪਾ ਲਿਆ ਪੰਗਾ। ਮੈਂ ਤਾਂ ਚੱਲਿਆ ਭਰਾ। ਕਿਵੇਂ ਨੀ ਭੇਜਦੀ ਛੋਟੂ ਨੂੰ? ਮੈਂ ਦੇਖਦੀ ਆ ਨਾਲੇ ਇਹਨੂੰ ਨਾਲੇ। ਛੋਟੂ ਜੀ, ਬੀਬੀ ਜੀ ਸਫਾਈ ਅਭਿਆਨ ਸ਼ੁਰੂ ਕਰਾਂਗੇ, ਸ਼ੁਰੂ ਕਰ। ਠੀਕ ਹੈ ਬੀਬੀ ਜੀ। ਛੋਟੂ। ਹਾਂਜੀ ਬੀਬੀ। ਇਧਰ ਆ ਛੋਟੂ। ਕੀ ਬੀਬੀ ਜੀ? ਤੈਨੂੰ ਪਹਿਲਾਂ ਬੁਲਾਇਆ ਕਿੰਨੇ ਸੀ? ਤੁਸੀਂ ਬੀਬੀ ਜੀ। ਛੋਟੂ ਘਰ ਦੀ ਮਾਲਕਣ ਕੌਣ ਹੈ? ਤੁਸੀਂ ਬੀਬੀ ਜੀ। ਛੋਟੂ ਬੀਬੀ ਜੀ ਪਹਿਲਾਂ ਮੇਰਾ ਕੰਮ ਕਰਕੇ ਜਾ। ਠੀਕ ਹੈ ਬੀਬੀ ਜੀ। ਛੋਟੂ ਮੇਰਾ ਕੰਮ ਜ਼ਿਆਦਾ ਜ਼ਰੂਰੀ ਹੈ। ਐਵੇਂ ਗੁੱਸਾ ਕਰ ਕਰਕੇ ਆਪਣਾ ਬੀਪੀ ਵਧਾਈ ਜਾਂਦੇ ਆ, ਮੇਰਾ ਸਾਹ ਫੜਾਈ ਜਾਂਦੇ ਆ। ਪਹਿਲਾਂ ਕੰਮ ਤੇ ਦੱਸੋ ਕੀ ਆ। ਆ ਲੈ ਫੜ ਰੋਟੀ, ਗਲੀ ਚ ਕਾਲਾ ਕੁੱਤਾ ਭਾਲ ਕੇ ਉਹਨੂੰ ਪਾ ਕੇ ਆ। ਅੱਛਾ, ਚੌਥੇ ਰਾਤ ਦੇ ਸ਼ਾਮ ਨੂੰ ਪਾ ਦੇਣਗੇ। ਸ਼ਾਮ ਨੂੰ ਵੀ ਹੁਣੇ ਪਾ ਕੇ ਆ। ਸ਼ਾਮ ਨੂੰ ਨਾ, ਜਿਹੜੀ ਉਹਨਾਂ ਦੀ ਨੌਕਰਾਣੀ ਆ, ਉਹਨਾਂ ਦੇ ਕਾਲੇ ਕੁੱਤੇ ਨੂੰ ਸੈਰ ਕਰਾਉਣ ਲਈ ਆਪਣੇ ਘਰ ਦੇ ਮੋਹਰੇ ਦੀ ਲੰਘਦੀ ਹੁੰਦੀ ਆ, ਉਦੋਂ ਪਾ ਦੇਵਾਂਗੇ। ਨਾ ਗਲੀ ਚ ਹੋਰ ਬਥੇਰੇ ਕਾਲੇ ਕੁੱਤੇ ਆ, ਉਹਨਾਂ ਨੂੰ ਖਵਾਇਆ। ਅੱਛਾ ਕੀ ਗੱਲ ਬੀਬੀ ਜੀ, ਏਦਾਂ ਵੀ ਉਹਨਾਂ ਚੋਂ ਮੇਰਾ ਕੋਈ ਕੁੱਤਾ ਵਾਗ ਵੀ? ਤੇ ਗੁਆਂਢੀਆਂ ਦਾ ਕੁੱਤਾ ਤੇਰਾ ਰਿਸ਼ਤੇਦਾਰ ਲੱਗਦਾ ਹੈ? ਰਿਸ਼ਤੇਦਾਰ ਤੇ ਨਹੀਂ ਮੇਰਾ ਕੁੱਤਾ ਕੋਈ ਲੱਗਦਾ, ਪਰ ਜਾਂ ਹੈ ਹੀ ਤੁਸੀਂ ਚੋਪੜੀਆਂ ਚੋਪੜੀਆਂ ਰੋਟੀਆਂ ਕਾਲੇ ਕੁੱਤੇ ਨੂੰ ਪਾਉਂਦੇ ਰਹੇ ਨਾ, ਤਾਂ ਇੱਕ ਨਾ ਇੱਕ ਦਿਨ ਉਹਨਾਂ ਦੀ ਨੌਕਰਾਣੀ ਨਾਲ ਮੇਰੀ ਰਿਸ਼ਤੇਦਾਰੀ ਕੋਈ ਨਾ ਕੋਈ ਬਣ ਜਾਣੀ ਜੇ। ਵੈਰੀ ਗੁੱਡ ਛੋਟੂ, ਤੇਰਾ ਕੰਮ ਸ਼ਾਮੀ ਕਰੀ, ਪਹਿਲਾਂ ਮੇਰਾ ਕੰਮ ਕਰ। ਮੈਨੂੰ ਤੂੰ ਬਾੜੇ ਪਾਉਣਾ ਹਟ ਜਾ। ਬੀਬੀ ਜੀ ਐਵੇਂ ਗੁੱਸਾ ਕਰ ਕਰਕੇ ਨਾ ਆਪਣਾ ਬੀਪੀ ਨਾ ਵਧਾਇਆ ਕਰੋ, ਮੈਂ ਵੈਸੇ ਵੀ ਤੁਹਾਡੇ ਆਖੇ ਪਹਿਲਾਂ ਲੱਗਣਾ ਸੀ। ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਤੈਨੂੰ, ਤੂੰ ਕੁੱਤਾ ਹੈ ਕੁੱਤਾ। ਬੀਬੀ ਜੀ ਜੇ ਗੱਲ ਸਮਝ ਆ ਹੀ ਗਈ ਆ, ਤੁਸੀਂ ਖੇਚਲ ਕਰਨ ਦੀ ਕੀ ਲੋੜ ਆ? ਆ ਰੋਟੀ ਕਾਲੇ ਕੁੱਤੇ ਨੂੰ ਪਾਉਣ ਦੀ ਬਜਾਏ ਰੋਜ਼ ਤੁਸੀਂ ਮੈਨੂੰ ਹੀ ਪਾ ਦਿਆ ਕਰੋ। ਨਾ ਮੰਮੀ ਜੀ ਮੈਨੂੰ ਗੱਲ ਤਾਂ ਦੱਸੋ ਕੀ ਹੋਈ ਹੈ? ਤੈਨੂੰ ਬਹੁਤ ਹੀ ਹਮਦਰਦੀ ਕਰਨ ਦੀ ਲੋੜ ਨੀ, ਤੂੰ ਜਾ ਕੇ ਬੈਠ ਉਹਦੇ ਕੋਲੇ ਆਪਣੀ ਜਨਾਨੀ ਕੋਲ। ਨਾ ਮੈਨੂੰ ਸਮਝ ਨੀ ਆਉਂਦੀ, ਮੈਂ ਉਹਦੇ ਕੋਲ ਜਾਂਦਾ ਉਹ ਮੈਨੂੰ ਕਹਿ ਦਿੰਦੀ ਹੈ ਤੂੰ ਜਾ ਕੇ ਆਪਣੀ ਮਾਂ ਕੋਲ ਬੈਠ, ਮੈਂ ਤੁਹਾਡੇ ਕੋਲ ਆ ਜਾਂਦਾ ਤੁਸੀਂ ਕਹਿ ਦਿੰਦੇ ਹੋ ਆਪਣੀ ਜਨਾਨੀ ਕੋਲ ਬੈਠ, ਮੈਨੂੰ ਸਮਝ ਨੀ ਆਉਂਦੀ ਮੈਂ ਕਰਾਂ ਤਾਂ ਕਰਾਂ ਕੀ। ਧੀਰਜ ਪੁੱਤਰ ਮੰਮੀ ਠੀਕ ਕਹਿੰਦੀ ਹੈ। ਪੈਰੀ ਪਹਿਨਾ ਆਂਟੀ ਜੀ, ਉਹ ਬਾਅਦ ਚੋਂ ਪਹਿਲੀ, ਪਰ ਪਹਿਲਾਂ ਉਹ ਕਰ ਜੋ ਮੰਮੀ ਕਹਿੰਦੀ ਹੈ, ਜਾ ਕੇ ਨੀਲੂ ਕੋਲ ਬੈਠ, ਉਹਦੇ ਤੇ ਨਜ਼ਰ ਰੱਖਿਆ ਕਰ, ਜ਼ਮਾਨਾ ਬਹੁਤ ਮਾੜਾ ਆ ਗਿਆ। ਨਾ ਹੋਇਆ ਕੀ? ਅਖਬਾਰ ਨੀ ਪੜ੍ਹੀ ਲੱਗਦੀ, ਐਡੀ ਵੱਡੀ ਖਬਰ ਲੱਗੀ ਹੈ, ਚੰਗੇ ਭਲੇ ਘਰ ਦੀ ਨੂੰ ਨੌਕਰ ਨਾ ਦੌੜ ਗਈ। ਨਾ ਮਤਲਬ ਦੌੜ ਹੀ ਗਈ ਹੈ? ਜਾਂਦੀ ਹੋਈ ਸਾਰੇ ਪੈਸੇ ਗਹਿਣੇ ਤੇ ਕੱਪੜੇ ਸਭ ਕੁਝ ਨਾਲ ਲੈ ਗਈ। ਨਹੀਂ ਨਹੀਂ ਇਹ ਨਹੀਂ ਹੋ ਸਕਦਾ। ਹੋ ਕਿਉਂ ਨਹੀਂ ਸਕਦਾ? ਹੋਇਆ, ਲੈ ਅਖਬਾਰ ਪੜ੍ਹ। ਨੀਲੂ, ਨਹੀਂ ਇਹ ਨਹੀਂ ਹੋ ਸਕਦਾ। ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ, ਐਵੇਂ ਨਹੀਂ ਆ ਛੋਟੂ ਮੈਨੂੰ ਹਰ ਕੰਮ ਤੋਂ ਜਵਾਬ ਦਿੰਦਾ, ਉਹਦੇ ਮਗਰ ਦੌੜਿਆ ਦੌੜਿਆ ਫਿਰਦਾ। ਮੰਮੀ ਜੀ ਕੁਛ ਕਰੋ। ਮੈਨੂੰ ਪਤਾ ਹੈ ਮੈਨੂੰ ਹੀ ਕੁਛ ਕਰਨਾ ਪਊ, ਤੂੰ ਤਾਂ ਕੁਛ ਕਰਨ ਜੋਗਾ ਨਹੀਂ, ਘੱਟੋ ਘੱਟ ਆਪਣੀ ਆਂਟੀ ਦਾ ਥੈਂਕ ਯੂ ਤਾਂ ਕਰ ਦੇ। ਮੇਰੇ ਥੈਂਕ ਯੂ ਨੂੰ ਛੱਡੋ, ਤੁਸੀਂ ਨੂੰਹ ਬਚਾਓ ਆਪਣੀ, ਮੈਂ ਤਾਂ ਨੌਕਰ ਰੱਖਿਆ ਹੀ ਨਹੀਂ, ਮੇਰੀ ਨੂੰਹ ਤਾਂ ਭੱਜਣੋ ਰਹੀ, ਤੁਸੀਂ ਆਪਣੇ ਬਾਰੇ ਸੋਚੋ। ਮੰਮੀ ਜੀ ਇਹ ਛੋਟੂ ਨੂੰ ਕੱਢੋ। ਤੇ ਫਿਰ ਘਰ ਦਾ ਕੰਮ ਕੌਣ ਕਰੂ? ਸਾਰਾ ਕੰਮ ਮੈਂ ਕਰ ਲੂੰ, ਭਾਂਡੇ ਮਾਂਜ ਲੂੰ, ਕੱਪੜੇ ਧੋ ਲੂੰ, ਸਭ ਕੁਝ ਮੈਂ ਕਰ ਲੂੰ। ਇਹਦੇ ਚ ਕੀ ਆ, ਇੱਕ ਨੌਕਰਾਣੀ ਰੱਖ ਲਓ। ਹਾਂ ਹੁਣ ਲੱਭ ਗਿਆ ਹੱਲ। ਲੱਭ ਗਿਆ ਨਾ, ਹੁਣ ਮੈਂ ਚੱਲਦੀ ਆ, ਮੇਰੀ ਨੂੰਹ ਨੇ ਵੀ ਅੱਜ ਪੇਕਿਆਂ ਤੋਂ ਵਾਪਸ ਆ ਜਾਣਾ। ਮੰਮੀ ਜੀ ਜਲਦੀ ਕੁਛ ਕਰੋ। ਸੱਸ ਪੁੱਤ ਤੂੰ ਫਿਕਰ ਹੀ ਨਾ ਕਰ, ਵੇਖੀ ਮੈਂ ਕੀ ਕਰਦੀ ਆ, ਛੋਟੂ ਤਾਂ ਗਿਆ ਹੁਣ। ਛੋਟੂ ਜੀ ਬੀਬੀ ਜੀ ਚੱਕ ਸਮਾਨ ਨਿਕਲ ਬਾਹਰ। ਛੋਟੂ ਵੇ ਛੋਟੂ ਪਾਣੀ
ਕਿਹਾ ਸਬਲੀ ਸਭ ਪਾਣੀ ਰੁਕ ਹੋਣੀ ਮੈਂ ਛੋਟੀ ਛੋਟੂ ਕਿੱਥੇ ਹੈ ਨੀਲੂ ਤੂੰ ਛੋਟੂ ਨੂੰ ਕੀ ਕਹਿਣਾ ਪਾਣੀ ਪੀਣਾ ਸੀ ਪਾਣੀ ਆ ਗਿਆ ਭਾਵੇਂ ਛੋਟੂ ਲਿਆਵੇ ਭਾਵੇਂ ਛੋਟੀ ਕੀ ਫਰਕ ਪੈਂਦਾ ਡਾਰਲਿੰਗ ਤੂੰ ਕਿਉਂ ਹੱਸੀ ਆ ਨੀ ਸਭ ਤੁਹਾਨੂੰ ਡਾਰਲਿੰਗ ਕਹਿ ਰਹੇ ਨੇ ਨਾ ਤੇ ਮੈਂ ਇਹਨਾਂ ਦੀ ਡਾਰਲਿੰਗ ਆ ਇਹਨਾਂ ਦੇ ਮੂੰਹ ਡਾਰਲਿੰਗ ਕਹਿਣਾ ਕਿੰਨਾ ਚੰਗਾ ਲੱਗਦਾ ਨਾ ਸੱਚੀ ਤੁਸੀਂ ਸਾਰਿਆਂ ਨੂੰ ਡਾਰਲਿੰਗ ਕਿਹਾ ਕਰੋ ਨਾਲੇ ਮੈਨੂੰ ਵੀ ਓਕੇ ਨੋ ਪ੍ਰੋਬਲਮ ਓਕੇ ਯੋ ਪ੍ਰੋਬਲਮ ਖਬਰਦਾਰ ਮੇਰੇ ਤੋਂ ਇਲਾਵਾ ਕਿਸੇ ਨੂੰ ਡਾਰਲਿੰਗ ਕਿਹਾ ਤੂੰ ਕੀ ਇਹ ਮੈਂ ਤੁਹਾਡੀ ਨਵੀਂ ਨੌਕਰਾਣੀ ਸ਼ਾਲਾ ਤੈਨੂੰ ਰੱਖਿਆ ਕਿੰਨੇ ਹੈ ਮੈਂ ਰੱਖਿਆ ਦੱਸਦੀ ਗੱਲ ਹੈ ਛੋਟੂ ਦਾ ਕੀ ਕੀਤਾ ਹੈ ਉਹਨੂੰ ਅਚਾਰ ਪਾ ਕੇ ਧੁੱਪੇ ਰੱਖਿਆ ਤੈਨੂੰ ਛੋਟੂ ਦਾ ਬੜਾ ਫਿਕਰ ਹੈ ਨਾ ਉਹਨੂੰ ਕੱਢਣ ਦੀ ਕੀ ਲੋੜ ਸੀ ਡਾਰਲਿੰਗ ਸ਼ਾਲਾ ਛੋਟੂ ਨੂੰ ਤਾਂ ਕਦੇ ਸ਼ਟਅਪ ਨਹੀਂ ਕਿਹਾ ਇਹਨੂੰ ਗੱਲ ਗੱਲ ਤੇ ਸ਼ਟਅਪ ਕਹਿੰਦੀ ਹੈ ਉਹ ਤੇਰੀ ਚਮਚਾ ਕੀ ਕਰਦਾ ਸੀ ਨਾ ਇਸ ਕਰਕੇ ਇਹ ਮੇਰਾ ਸ਼ਟਅਪ ਹੈ ਮੈਂ ਕਿਸੇ ਨੂੰ ਕਹਾਂ ਮੈਂ ਕਿਸੇ ਨੂੰ ਨਾ ਕਹਾਂ ਕਿਸੇ ਨੂੰ ਕੀ ਤਕਲੀਫ ਹੈ ਇਹ ਮੇਰਾ ਘਰ ਹੈ ਮੈਂ ਇਸ ਘਰ ਦੀ ਮਾਲਕਣ ਹਾਂ ਮੈਂ ਭਾਵੇਂ ਛੋਟੂ ਨੂੰ ਰੱਖਾਂ ਭਾਵੇਂ ਛੋਟੂ ਨੂੰ ਕਿਸੇ ਨੂੰ ਕੀ ਤਕਲੀਫ ਹੈ ਸੁਣ ਲਿਆ ਜੀ ਸਾਹਿਬ ਇੱਕ ਵਾਰ ਡਾਰਲਿੰਗ ਕਹੋ ਨਾ ਸ਼ਟਅਪ ਕਿ ਹਮ ਤੁਮ ਚੋਰੀ ਸੇ ਬੰਦੇ ਇੱਕ ਡੋਰੀ ਸੇ ਜਈਓ ਕਹਾਂ ਐ ਹਜ਼ੂਰ ਨੀਲੂ ਕਮਲੇਸ਼ ਹਾਂ ਕਮਲੇਸ਼ ਕਮਲੇਸ਼ ਇਸ ਵਾਰ ਤੂੰ ਬਹੁਤ ਦਿਨ ਲਾ ਕੇ ਆਈ ਆਪਣੇ ਪੇਕੇ ਤੈਨੂੰ ਪਤਾ ਤੇਰੀ ਸੱਸ ਨਾ ਰੋਜ਼ ਆ ਕੇ ਮੇਰੀ ਮੰਮੀ ਜੀ ਕੋਲ ਬਹਿ ਜਾਂਦੀ ਸੀ ਪਤਾ ਨਹੀਂ ਕੀ ਖੁਸਰ ਪੁਸਰ ਕਰਦੀ ਰਹਿੰਦੀ ਤੂੰ ਫਿਕਰ ਨਾ ਕਰ ਹੁਣ ਨਹੀਂ ਆਉਂਦੀ ਹੁਣ ਮੈਂ ਆ ਗਈ ਹੈ ਨਾ ਹੁਣ ਕੋਈ ਖੁਸਰ ਪੁਸਰ ਨਹੀਂ ਹੋਣ ਲੱਗੀ ਤੂੰ ਸੁਣਾ ਤੇਰੀ ਸੱਸ ਠੀਕ ਹੈ ਕਿ ਨਹੀਂ ਕਿਉਂਵੇਂ ਦੀ ਉਵੇਂ ਹਿਟਲਰ ਦੀ ਹਿਟਲਰ ਮੇਰੀ ਮੰਮੀ ਜੀ ਦਾ ਤਾਂ ਕੁਛ ਨਹੀਂ ਹੋ ਸਕਦਾ ਆਪਣੀ ਚੌਧਰ ਹੀ ਝਾੜਦੇ ਰਹਿੰਦੇ ਆ 24 ਘੰਟੇ ਕੱਲ ਫੜ ਕੇ ਸਾਡਾ ਛੋਟੂ ਕੱਢਤਾ ਛੋਟੂ ਕੌਣ ਤੁਹਾਡਾ ਨੌਕਰ ਆਹੋ ਫਿਰ ਤਾਂ ਤੂੰ ਹੁਣ ਕੰਮ ਕਰਦੀ ਹੀ ਮਰੇਗੀ ਨਹੀਂ ਨਹੀਂ ਐ ਤਾਂ ਨੌਕਰਾਣੀ ਰੱਖ ਲਈ ਛੋਟੀ ਛੋਟੀ ਕਿੰਨੀ ਕੁ ਛੋਟੀ ਹੈ ਐ ਤਾਂ ਬੁਰੀ ਜਵਾਨ ਤੇ ਸੋਹਣੀ ਹੈ ਨਾਮ ਦੀ ਛੋਟੀ ਹੈ ਬਸ ਫਿਰ ਤਾਂ ਤੂੰ ਗਈ ਕੰਮੋ ਕਿਉਂ ਕੀ ਹੋਇਆ ਕਿਉਂ ਤੈਨੂੰ ਨਹੀਂ ਪਤਾ ਉਹ ਵਰਮਾ ਟੱਬਰ ਦੀ ਕਹਾਣੀ ਬੈਂਕ ਵਾਲੇ ਵਰਮੇ ਨੇ ਕੀ ਕੀਤਾ ਸੀ ਨੌਕਰਾਣੀ ਨਾਲ ਹੀ ਚੱਕਰ ਚੱਲਿਆ ਸੀ ਉਹਦਾ ਤੇ ਫਿਰ ਸੁਨੀਤਾ ਨੂੰ ਘਰੋਂ ਕੱਢਤਾ ਤੇ ਉਹਦੇ ਨਾਲ ਜਾ ਕੇ ਬਿਹਾਰ ਸੈਟਲ ਹੋ ਗਿਆ ਮੈਨੂੰ ਯਾਦ ਆ ਗਿਆ ਉਹਦੀ ਰੁੜਗੀ ਨੌਕਰਾਣੀ ਵੀ ਮੇਰੀ ਨੌਕਰਾਣੀ ਵਰਗੀ ਵਾਵਾ ਸੋਹਣੀ ਤੇ ਜਵਾਨ ਸੀ ਤੇ ਬਸ ਫਿਰ ਹੁਣ ਨਜ਼ਰ ਰੱਖੀ ਧੀਰਜ ਭਾਜੀ ਤੇ ਕਿਤੇ ਤੇਰੀ ਛੋਟੀ ਡੋਰੇ ਨਾ ਪਾਉਂਦੀ ਫਿਰੇ ਉਹਨਾਂ ਤੇ ਮੈਨੂੰ ਤਾਂ ਲੱਗਦਾ ਕਿ ਇਹਨਾਂ ਦਾ ਖੇਡ ਸ਼ੁਰੂ ਹੋ ਗਿਆ ਮਰ ਜਾਣੀ ਡਾਰਲਿੰਗ ਡਾਰਲਿੰਗ ਕਰਦੀ ਕਿਤੇ ਮੇਰੇ ਧੀਰਜ ਨਾਲ ਡਾਰਲਿੰਗ ਡਾਰਲਿੰਗ ਖੇਡਣੀ ਨਾ ਡੈ ਪਵੇ ਇਹ ਬਸ ਨੌਕਰਾਣੀ ਐਦਾਂ ਹੀ ਨਾ ਮਰਦਾਂ ਨੂੰ ਫਸਾ ਕੇ ਘਰ ਬਾਹਰ ਲੁੱਟ ਲੈ ਜਾਂਦੀਆਂ ਹੁੰਦੀਆਂ ਹੁਣ ਧੀਰਜ ਭਾਜੀ ਤੇ ਨਿਗਾਹ ਰੱਖੀ ਤੇ ਨਾਲੇ ਆਪਣੀ ਛੋਟੀ ਤੇ ਵੀ ਹੋਰ ਕਿਤੇ ਜਦੋਂ ਤੁਸੀਂ ਡਾਰਲਿੰਗ ਡਾਰਲਿੰਗ ਕਹਿੰਦੇ ਹੋ ਨਾ ਮੈਨੂੰ ਬੜੇ ਸੋਹਣੇ ਲੱਗਦੇ ਕਦੀ ਮੈਨੂੰ ਵੀ ਡਾਰਲਿੰਗ ਕਹਣਾ ਨੀਲੂ ਨੂੰ ਸਮਝਣਾ ਕਿ ਉੱਪਰੋਂ ਉੱਪਰੋਂ ਡਾਰਲਿੰਗ ਡਾਰਲਿੰਗ ਕਰਦਾ ਪਰ ਤੈਨੂੰ ਤਾਂ ਮੈਂ ਦਿਲੋਂ ਕਹੂੰਗਾ ਤੁਸੀਂ ਸੱਚੇ ਦਿਲੋਂ ਮੈਨੂੰ ਚਾਹੁੰਦੇ ਹੋ ਹਾਂ ਜੇ ਯਕੀਨ ਨਹੀਂ ਆਉਂਦਾ ਨਾ ਆਪਾਂ ਘਰੋਂ ਭੱਜ ਚੱਲਦੇ ਆ ਤੇ ਯੂਪੀ ਜਾ ਕੇ ਸੈਟਲ ਹੋ ਜਾਂਦੇ ਆ ਕੀ ਹੋਇਆ ਹਜੇ ਤੱਕ ਤਾਂ ਕੁਝ ਨਹੀਂ ਹੋਇਆ ਪਰ ਹੁਣ ਜ਼ਰੂਰ ਹੋਊਗਾ ਛੋਟੀ ਹਾਂਜੀ ਬੀਬੀ ਜੀ ਚੱਕ ਸਮਾਨ ਨਿਕਲ ਬਾਹਰ ਹੁਣ ਤੈਨੂੰ ਕੌਣ ਬਚਾਊਗਾ ਜਾ ਮੈਨੂੰ ਆਪਣਾ ਬਚਾ ਕਰਨਾ ਆਉਂਦਾ ਹੈ ਤੁਸੀਂ ਛੋਟੂ ਨੂੰ ਕੱਢਿਆ ਛੋਟੀ ਵਾਪਸ ਆਊਗੀ ਛੋਟੂ ਵਾਪਸ ਆਏਗਾ ਛੋਟੀ ਵਾਪਸ ਆਊਗੀ ਛੋਟੂ ਛੋਟੀ ਛੋਟੂ ਛੋਟੀ ਛੋਟੂ ਛੋਟੀ ਛੋਟੂ ਛੋਟੀ ਫੌਲ 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 ਚਲੋ ਵਾਪਸ ਵਾਪਸ ਚਲੋ ਇਹ ਮੇਰਾ ਘਰ ਆ ਮੇਰੀ ਮਰਜ਼ੀ ਚੱਲੇਗੀ ਮੇਰੀ ਮਰਜ਼ੀ ਚੱਲੂਗੀ ਮੇਰੀ ਮਰਜ਼ੀ ਚੱਲੂਗੀ ਮੇਰੀ ਮਰਜ਼ੀ ਚੱਲੂਗੀ ਮੈਂ ਕਹਿੰਦੀ ਆ ਮੇਰੀ ਮਰਜ਼ੀ ਚੱਲੂਗੀ ਮੇਰੀ ਮਰਜ਼ੀ ਚੱਲੂਗੀ ਮੇਰੀ ਚੱਲੂਗੀ ਮੇਰੀ 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 ਮੈਨੂੰ ਤਾਂ ਪਹਿਲਾਂ ਹੀ ਪਤਾ ਸੀ
ਨੂੰ ਸੱਸ ਦੀ ਲੜਾਈ 'ਚ ਆਦਮੀ ਦਾ ਇਹੀ ਹਸ਼ਰ ਹੁੰਦਾ। ਮੇਰਾ ਪਿਛਲੇ 30 ਸਾਲ ਦਾ ਤਜਰਬਾ। ਤੁਸੀਂ ਦਫਾ ਕਰੋ, ਚਾਲੂ ਰਹੋ, ਅਟੈਕ। ਤੁਸੀਂ ਨਾ ਮੈਨੂੰ ਕੱਲੀ ਨਾ ਸਮਝਣਾ। ਜਾ ਬੁਲਾਵਾ, ਜਿਹੜੇ ਟੱਬਰ ਨੂੰ ਬੁਲਾਉਣੀ ਹੈ। ਟੱਬਰ ਤੇ ਨਹੀਂ ਜਾਣਾ। ਜਾਊਂਗੀ, ਮੇਰੀ ਮਰਜ਼ੀ ਹੈ। ਤੇਰਾ ਟੱਬਰ ਦਾ ਜੁੰਡਾ ਪਟ ਕੇ ਹੱਜ ਬਣਾ ਲੂੰਗੀ। ਮੰਮੀ ਜੀ ਚੁੱਪ ਕਰ ਜਾਓ, ਨਹੀਂ ਤਾਂ ਰੰਗ ਦਿਖਾ ਦੂੰਗੀ। ਚਾਚੇ ਆਪਣੇ ਨੂੰ ਫੋਨ ਕਰਕੇ ਹੁਣੇ ਇੱਥੇ ਬੁਲਾ ਲੂੰਗੀ। ਜਾ ਬੁਲਾਵਾ ਆਵੇ ਚਾਚੇ ਨੂੰ, ਕਰ ਲਾ ਹਿਸਾਬ ਜਿਹੜੇ ਰਹਿੰਦੇ ਨੇ। ਐਵੇਂ ਨੀ, ਮੁਹੱਲੇ ਵਾਲੇ ਮੈਨੂੰ ਸੱਸ ਕਪੱਤੀ ਕਹਿੰਦੇ ਨੇ। ਲੜਾਈ ਤਾਂ ਆਊਟਸਾਈਡਰ ਦੀ ਪਾੜੇ। ਹੁਣ ਤਾਂ ਆਉਣਗੇ, ਹੁਣ ਤਾਂ ਗੱਲ ਵੱਧ ਗਈ, ਹੁਣ ਤਾਂ ਗੱਲ ਦਿੱਲੀ ਤੱਕ ਜਾਊਗੀ। ਮੈਂ ਵਿਖਾਊਂਗੀ ਤਮਾਸ਼ਾ। ਤਮਾਸ਼ਾ ਤੂੰ ਕੀ? ਤਮਾਸ਼ਾ ਮੈਂ ਦਿਖਾਊਂਗੀ ਤੈਨੂੰ, ਨਾਲੇ ਤੇਰੇ ਮੁੱਛਲ ਜਿਹੇ ਚਾਚੇ ਨੂੰ। ਡੈਡੀ ਜੀ, ਇਹ ਕੀ ਸੀ? ਇਹ ਤਾਂ ਹੁਣ ਕਾਕਾ ਚਾਚਾ ਹੀ ਦੱਸੂ ਆ ਕੇ। ਚਾਚਾ ਜੀ ਆ ਜਾਓ। ਪਾਲੀ, ਅੱਜ ਮੇਰੀ ਖੱਬੀ ਅੱਖ ਕਿਉਂ ਫਰ ਫਰ ਕਰਦੀ ਆ? ਲੱਗਦਾ ਚਾਚੇ ਤੁਹਾਨੂੰ ਨੀਲੂ ਯਾਦ ਕਰਦੀ ਆ। ਓਏ, ਠੂਹੇ ਦਾ ਡੰਗਿਆ ਤੇ ਚਤਰੇ ਦਾ ਚੰਡਿਆ ਇੱਕ ਬਰਾਬਰ ਆ। ਹੈਲੋ ਚਾਚਾ ਜੀ। ਕੌਣ? ਨੀਲੂ? ਤੈਨੂੰ ਕਿਵੇਂ ਪਤਾ ਹੋਇਆ ਨੀਲੂ ਦਾ ਫੋਨ ਸੀ? ਤੂੰ ਹਾਲਾ ਜੋਸ਼ੀ ਆ। 10 ਮਿੰਟ ਪਹਿਲਾਂ ਵੀ ਆਇਆ ਸੀ ਚਾਚਾ ਜੀ। ਉਦੋਂ ਕਿਉਂ ਨਹੀਂ ਦੱਸਿਆ? ਚਾਚੇ ਮੈਂ ਕਿਹਾ ਸਵੇਰ ਦਾ ਟਾਈਮ ਆ, ਬੋਣੀ ਹੋਈ ਨੀ, ਗਾਹਕ ਆਏ ਨੀ, ਫੋਨ ਹੀ ਆਈ ਜਾਂਦੇ ਆ। ਕੋਈ ਗੱਲ ਨੀ ਪੁੱਤ, ਤੇਰੇ ਚਿੱਪ ਤਾਂ ਮੈਂ ਬਾਅਦ 'ਚ ਕੱਢਦਾ। ਹੋਰ ਸੁਣਾ ਨੀਲੂ, ਤੂੰ ਅੱਜ ਤੈਨੂੰ ਕਿਵੇਂ ਚਾਚੇ ਦੀ ਯਾਦ ਆ ਗਈ? ਕਿੱਦਾਂ ਚੱਲਦੀ ਆ ਤੇਰੇ ਘਰ ਦੀ ਗੱਡੀ? ਗੱਡੀ ਖੜਕ ਗਈ ਚਾਚਾ ਜੀ। ਨੀਲੂ, ਇਹ ਕੁੜਾ ਨੀਲੂ, ਤੇਰਾ ਤਾਂ ਗਲਾ ਭਰਿਆ ਪਿਆ, ਕੀ ਹੋਇਆ ਤੈਨੂੰ? ਤੂੰ ਤਾਂ ਇੰਨੀ ਸਖਤ ਮਜਾਜ ਹੁੰਦੀ ਸੀ, ਤੇਰੇ ਤਾਂ ਕਦੇ ਪਿਆਜ਼ ਕੱਟਣ ਲੱਗੀ ਤੇ ਨਹੀਂ ਅੱਖਾਂ 'ਚ ਪਾਣੀ ਆਇਆ? ਕੋਈ ਖਾਸ ਹੀ ਗੱਲ ਲੱਗਦੀ ਆ? ਪਰ ਅਜੇ ਤਾਂ ਮਸਾਂ 4 ਸਾਲ ਹੀ ਹੋਇਆ ਤੇਰੇ ਵਿਆਹ ਨੂੰ, ਐਡੀ ਜਲਦੀ ਤੇਰੀ ਗ੍ਰੇਸੀ ਦੀ ਗੱਡੀ ਖੜ ਗਈ? ਧਿਆਨ ਨਾਲ ਚਲਾਉਣੀ ਸੀ ਚਾਚਾ ਜੀ। ਮੈਂ ਤਾਂ ਧਿਆਨ ਨਾਲ ਹੀ ਚਲਾਉਂਦੀ ਹਾਂ, ਪਰ ਇੱਕ ਘਰ 'ਚ ਵੱਢਣ ਜੋਗੀ ਸ਼ੈ ਹੈ ਜਿਹਨੂੰ ਸੱਸ ਕਹਿੰਦੇ ਨੇ, ਉਹ ਬਹੁਤ ਰੈਸ਼ ਚਲਾਉਂਦੀ ਹੈ, ਉਹਨੂੰ ਆ ਕੇ ਡਰਾਈਵਿੰਗ ਸਿਖਾਓ। ਓਏ ਤੂੰ ਚਿੰਤਾ ਨਾ ਕਰ, ਚੂਹੇ ਦਾ ਡੰਗਿਆ ਤੇ ਚਤਰੇ ਦਾ ਚੱਲਿਆ ਇੱਕ ਬਰਾਬਰ ਆ। ਸ਼ਾਇਦ ਵੀ ਭਾ ਤੈਨੂੰ ਯਾਦ ਹੋਵੇ, ਤੇਰੇ ਵਿਆਹ ਤੋਂ ਪਹਿਲਾਂ ਮੈਂ ਤੈਨੂੰ ਇੱਕ ਮਤ ਦੀ ਗੱਲ ਦੱਸੀ ਸੀ ਕਿ ਸਾਰੀ ਉਮਰ ਤੂੰ ਚਾਹੇ ਸਾਡੇ ਨਾਲ ਤਾਂ ਬਣਾ ਕੇ ਨਹੀਂ ਰੱਖੀ, ਪਰ ਸਹੁਰੇ ਜਾ ਕੇ ਆਪਣੀ ਸੱਸ ਨਾਲ ਜ਼ਰੂਰ ਬਣਾ ਕੇ ਰੱਖੀ। ਮੈਂ ਦੱਸਿਓ, ਕਦੋਂ ਮੈਂ ਤੁਹਾਡੇ ਨਾਲ ਬਣਾ ਕੇ ਰੱਖੀ? ਕਦੋਂ ਮੈਂ ਤੁਹਾਡੇ ਮੂਹਰੇ ਜ਼ਬਾਨ ਖੋਲੀ ਹੈ? ਕਦੋਂ ਮੈਂ ਤੁਹਾਡਾ ਅਦਬ ਨਹੀਂ ਕੀਤਾ? ਕਦੋਂ ਮੈਂ ਤੁਹਾਡੇ ਮੂਹਰੇ ਬੋਲੀ ਆ? ਨਾ ਹੁਣ ਬੋਲਦੇ ਕਿਉਂ ਨਹੀਂ? ਹੁਣ ਕੀ ਸੱਪ ਸੁੰਘ ਗਿਆ? ਹੁਣ ਗੁੱਗਲ ਕਿਉਂ ਹੋ ਗਏ? ਓਏ ਬੀਬਾ, ਫੋਨ ਬਾਅਦ ਚ ਕਰੀ, ਪਹਿਲਾਂ ਇਕੱਠੇ ਕਰ। ਕੀ ਆ ਫੁੱਲ ਜਿਹੜੇ ਹੁਣੇ ਹੁਣੇ ਜਵਾਨ ਚੁੱਕ ਰਹੇ ਆ? ਤੋ ਬੀਬਾ ਜੀ, ਸਹਿਣਸ਼ੀਲਤਾ ਇੱਕ ਬੜਾ ਵੱਡਾ ਹਥਿਆਰ ਹੁੰਦਾ। ਜੇ ਜ਼ੁਲਮ ਸਹਿਣਾ ਨਹੀਂ ਸਿੱਖੋਗੇ ਤਾਂ ਗਾਹਾਂ ਆਪਣੀ ਨੂੰਹ ਤੇ ਕਿਵੇਂ ਕਰੋਗੇ? ਓਏ ਤੂੰ ਚਿੰਤਾ ਨਾ ਕਰ, ਚਤਲ ਸਿੰਘ ਬੋੜਿਆ ਲੈ। ਪਾਲੀ, ਹਾਂਜੀ, ਆਲਾ ਫੜ। ਚਾਚੇ ਤੁਸੀਂ ਤਾਂ ਸੱਚੀ ਆ ਗਏ। ਆਏ ਨੀਲੂ ਬੁਲਾਵੇ ਤੇ ਚਾਚਾ ਨਾ ਆਵੇ, ਇਹ ਹੋ ਸਕਦਾ? ਮਾਫ ਕਰਨਾ, ਪੈਰੀ ਪੈਣਾ ਭੁੱਲ ਗਿਆ ਸੀ। ਓਏ ਚਲੋ, ਪੈਰੀ ਪੈਣਾ ਤਾਂ ਭੁੱਲ ਗਿਆ, ਕੋਈ ਗੱਲ ਨਹੀਂ, ਪਰ ਇਹ ਗੱਲ ਆ ਭੁੱਲੀ ਕਿਹੜੀ? ਕਿ ਡੂਹੇ ਦਾ ਡੰਗਿਆ ਤੇ ਚਤਰੇ ਦਾ ਚੰਡਿਆ ਇੱਕ ਬਰਾਬਰ ਹੈ। ਡੰਗਿਆ ਚੰਡਿਆ ਕੀ ਮਤਲਬ ਸਮਝ ਜਾ ਨਹੀਂ ਆਇਆ? ਮਤਲਬ ਬਾਅਦ ਚ ਸਮਝੀ, ਪਹਿਲਾਂ ਇਹ ਦੱਸ ਕਿ ਇਸ ਕੰਮ ਤੇ ਕਦੋਂ ਕਦੋਂ ਲੱਗਿਆ ਹੋਇਆ? ਕਿਹੜੇ ਕੰਮ ਤੇ? ਆਹੀ ਦਰਵਾਜ਼ਾ ਖੋਲਣ ਤੇ। ਆਪਾਂ ਅੰਦਰ ਚੱਲਦੇ ਹਾਂ। ਅੰਦਰ ਤਾਂ ਜਾਵਾਂਗੇ ਜਾਵਾਂਗੇ, ਪਰ ਇਹ ਮੇਰੀ ਗੱਲ ਦਾ ਜਵਾਬ ਨਹੀਂ। ਕਿਹੜੀ ਗੱਲ ਦਾ? ਆਹੀ ਵੀ ਗੇਟ ਤੇ ਡਿਊਟੀ ਕਦੋਂ ਦਾ ਦੇਣ ਲੱਗਿਆ? ਐਕਚੁਅਲੀ ਨੌਕਰ ਚਲਾ ਗਿਆ ਨਾ। ਨੌਕਰ ਚਲਾ ਗਿਆ ਜਾਂ ਕੱਢਤਾ? ਕੌਣ ਹੈ? ਮੇਰੇ ਨਾਲ ਗੱਲ ਕਰਾ।
ਕੀ ਗੱਲ ਘਰ ਚ ਕੋਈ ਬੰਦਾ ਹੈ ਨੀ? ਮੈਂ ਬੰਦਾ ਹੀ ਹਾਂ। ਉਹ ਤੇਰੀ ਡਿਊਟੀ ਤਾਂ ਭਲਾ ਗੇਟ ਤੇ ਲੱਗੀ ਹੋਈ ਆ ਨਾ। ਉਹ ਇਹਦੀ ਡਿਊਟੀ ਗੇਟ ਤੇ ਸਹੀ, ਪਰ ਦਾਸ ਦਾ ਚੰਨਾ ਚ ਹਾਜ਼ਰ ਹੈ। ਸਤਿ ਸ੍ਰੀ ਅਕਾਲ ਜਤਨ ਸਿੰਘ ਜੀ। ਸਤਿ ਸ੍ਰੀ ਅਕਾਲ ਬਖਸ਼ੀ ਸਾਹਿਬ। ਸਤਿ ਸ੍ਰੀ ਅਕਾਲ ਕੀ ਸਾਹਿਬ। ਸਤਿ ਸ੍ਰੀ ਅਕਾਲ। ਤਸ਼ਰੀਫ ਰੱਖੋ ਜਤਨ ਸਿੰਘ ਜੀ। ਸਤਿ ਸ੍ਰੀ ਅਕਾਲ ਭਰਾ ਜੀ। ਬਹੁਤ ਬਹੁਤ ਸਤਿ ਸ੍ਰੀ ਅਕਾਲ ਆ ਭੈਣ ਜੀ। ਪਰ ਤੁਸੀਂ ਆ ਧੀਰਜ ਦਾ ਕੀ ਬਣਾਤਾ? ਕੀ ਕਿਹਾ? ਚੰਗਾ ਭਲਾ ਮੁੰਡਾ ਦਰਵਾਜ਼ਾ ਖੋਲਣ ਤੇ ਲਾ। ਚਤਰ ਸਿੰਘ ਜੀ, ਤੁਸੀਂ ਅਜੇ ਵੀ ਉਸੇ ਤਰ੍ਹਾਂ ਮਜ਼ਾਕੀਆ ਹੀ ਹੋ? ਨਹੀਂ, ਹੁਣ ਮੈਂ ਇਲਾਜ ਕਰਾ ਲਿਆ। ਆਪਣਾ ਇਲਾਜ ਤਾਂ ਕਰਾ ਲਿਆ, ਜਿਹਦਾ ਕਰਾ ਕੇ ਭੇਜਣਾ ਚਾਹੀਦਾ ਸੀ ਉਹਦਾ ਕਰਾਇਆ ਨਹੀਂ। ਤੁਸੀਂ ਕਿਹਦੇ ਇਲਾਜ ਦੀ ਗੱਲ ਕਰ ਰਹੇ ਹੋ ਭੈਣ ਜੀ? ਉਹ ਤੁਹਾਡੀ ਸਿਰ ਚੜੀ ਨੀਲੂ ਦਾ, ਜਿਹਦੇ ਸਿਰ ਤੇ 24 ਘੰਟੇ ਚਾਚੇ ਦਾ ਫਤੂਰ ਚੜਿਆ ਰਹਿੰਦਾ। ਇਸ ਦੁਨੀਆਂ ਵਿੱਚ ਨੀਲੂ ਦਾ ਇਸ ਚਾਚੇ ਤੋਂ ਬਿਨਾਂ ਹੋਰ ਹੈ ਵੀ ਕੌਣ? ਮਾਪੇ ਧੀਆਂ ਵਿਆਹ ਕੇ ਇਹ ਸੋਚਦੇ ਨੇ ਕਿ ਸ਼ਾਇਦ ਅਸੀਂ ਜ਼ਿੰਦਗੀ ਭਰ ਲਈ ਸੁਰਖਰੂ ਹੋ ਗਏ, ਪਰ ਉਹਨਾਂ ਨੂੰ ਵਿਚਾਰਿਆਂ ਨੂੰ ਇਹ ਨਹੀਂ ਪਤਾ ਕਿ ਧੀਆਂ ਇਕੱਲੀਆਂ ਨਹੀਂ ਜੰਮਦੀਆਂ, ਆਪਣੇ ਨਾਲ ਆਪਣੇ ਮਾਪਿਆਂ ਲਈ ਸਾਰੀ ਉਮਰ ਦੀਆਂ ਢੇਰ ਸਾਰੀਆਂ ਚਿੰਤਾਵਾਂ ਨਾਲ ਲੈ ਕੇ ਜੰਮਦੀਆਂ। ਤੇ ਦੂਜੇ ਪਾਸੇ ਸੱਸਾਂ ਮੁੰਡੇ ਤੇ ਵਿਆਹ ਤੋਂ ਪਹਿਲਾਂ 100-100 ਚਾਰ ਲਡਾਉਣਗੀਆਂ। ਨੀਲੂ ਰਾਣੀ ਆਵੇ, ਆਪੇ ਕੱਢੇ ਆਪੇ ਪਾਵੇ, ਤੇ ਹਜੇ 10 ਦਿਨ ਹੀ ਹੋਏ ਹੁੰਦੇ ਨੀਲੂ ਵਰਗੀ ਨੂੰ ਆਈ ਨੂੰ, ਜਦੇ ਨੂੰ ਉਹਦਾ ਚਾਲ ਲੱਥ ਜਾਂਦਾ, ਜਦੇ ਬਦਲ ਜਾਂਦੀ ਆ। ਬਾਬਾ ਤੇਰੀ ਜੈ, ਜਿੱਦਾਂ ਦਿੱਤੀ ਉਦਾਂ ਹੀ ਲੈ। ਭਾਈ ਸਾਡੀ ਨੀਲੂ ਰਾਣੀ ਕਿੱਥੇ ਆ? ਨੀਲੂ ਨੀਲੂ ਕਿਚਨ ਚ ਹੈ। ਕਿਚਨ ਚ ਨੀਲੂ? ਓ ਪੁੱਤ ਨੀਲੂ, ਕਿੱਥੇ ਲੁਕੀ ਬੈਠੀ ਆ? ਦੇਖ ਕੌਣ ਆਇਆ ਹੈ। ਮਾਤਾ ਦਾ ਪੱਗਾ, ਬਸ ਤੂੰ ਵੀ, ਕੀ ਲੋੜ ਸੀ? ਲੋੜ ਕਿਉਂ ਨਹੀਂ ਸੀ, ਵੱਡਾ ਹਮਾਇਤੀ ਬੁਲਾ ਲਿਆ ਚਾਚਾ ਤੇਰੀ ਨੂੰਹ ਨੇ। ਆ ਜਾ ਰੇ ਅਬ ਮੇਰਾ ਦਿਲ ਪੁਕਾਰਾ, ਰੋ ਰੋ ਕੇ ਗਮ ਬਿਹਾਰਾ, ਬਦਨਾਮ ਨਾ ਹੋ ਪਿਆਰ ਮੇਰਾ, ਆ ਜਾ ਰੇ ਨੀਲੂ। ਚਾਚਾ ਜੀ ਤੁਸੀਂ ਆ ਗਏ। ਸ਼ਾਬਾਸ਼ੇ, ਆਪ ਬੁਲਾ ਕੇ ਆਪ ਪੁੱਛਦੀ ਆ ਕਿ ਤੁਸੀਂ ਆ ਗਏ। ਚਾਚਾ ਜੀ ਮੈਂ ਤਾਂ ਤੁਹਾਡੇ ਲਈ ਸਵੇਰ ਤੋਂ ਪਕੌੜਿਆਂ ਦੀ ਤਿਆਰੀ ਕਰ ਰਹੀ ਸੀ, ਆ ਵੇਖੋ ਪਕੌੜੇ ਕੱਢ ਰਹੀ ਸੀ। ਮੱਛੀਆਂ ਦੇ ਨੇ? ਮੱਛੀ ਵਾਂਗ ਤਾਂ ਤੜਫਾਈ ਪਈਆਂ ਸੱਸ ਨੇ। ਓਏ ਤੂੰ ਚਿੰਤਾ ਨਾ ਕਰ, ਹੁਣ ਤੇਰਾ ਚਾਚਾ ਆ ਗਿਆ। ਮੰਨਿਆ ਕਿ ਤੇਰੀ ਸੱਸ ਬੜੀ ਤੇਜ਼ ਤਰਾਰ ਆ, ਪਰ ਉਹਨੂੰ ਇਹ ਨਹੀਂ ਪਤਾ ਕਿ ਠੂਹੇ ਦਾ ਡੰਗਿਆ ਤੇ ਚਤਰੇ ਦਾ ਚੰਡਿਆ ਇੱਕ ਬਰਾਬਰ ਹੈ। ਭਾਈ ਹੋਰ ਵੀ ਸਵਾਦ ਹੁੰਦਾ ਜੇ ਕਿਤੇ ਮੱਛੀ ਦਾ ਹੁੰਦਾ। ਮੱਛੀ ਤੋਂ ਮੈਨੂੰ ਕੋਈ ਗੱਲ ਚੇਤੇ ਆ ਗਈ। ਇੱਕ ਵਾਰੀ ਇੱਕ ਧਾਰਮਿਕ ਸਥਾਨ ਤੇ ਇੱਕ ਸਰਦਾਰ ਜੀ ਨੇ ਕਿਸੇ ਲਾਲਾ ਜੀ ਨੂੰ ਢਾਇਆ ਹੋਇਆ। ਦੇ ਕਿੱਥੇ ਪੈਂਦੀ ਆ ਪੈਣ ਦੇ ਚਪੇੜ ਤਾ, ਦੇ ਕਿੱਥੇ ਘਸੋਨੋ ਪੈਂਦਾ ਪੈਣ ਦੇ ਠਾ, ਦੇ ਕਿੱਥੇ ਲੱਤ ਪੈਂਦੀ ਆ ਪੈਣ ਦੇ ਭਾ। ਮੈਂ ਸਰਦਾਰ ਜੀ ਨੂੰ ਉੱਪਰ ਉਠਾ ਲਿਆ, ਮੈਂ ਕਿਹਾ ਲਾਲਾ ਜੀ ਨੂੰ ਕਿਉਂ ਕੁੱਟਦੇ ਹੋ? ਕਹਿੰਦਾ ਕੁੱਟੀਏ ਨਾ ਤਾਂ ਹੋਰ ਕੀ ਕਰੀਏ, ਸਾਡੇ ਸਰੋਵਰ ਦੀਆਂ ਮੱਛੀਆਂ ਵੱਲ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਚਲੋ ਝਾਕਦਾ ਸੀ ਝਾਕੀ ਜਾਵੇ, ਉਲਟਾ ਮੈਨੂੰ ਪਤਾ ਕੀ ਕਹਿੰਦਾ? ਕਹਿੰਦਾ ਸਰਦਾਰ ਜੀ ਕਿੱਡੀਆਂ ਮੱਛੀਆਂ ਪਲੀਆਂ ਹੋਈਆਂ ਨੇ, ਜੇ ਕਿਤੇ ਮਾਰਕੀਟ 'ਚ ਹੁੰਦੀਆਂ ਬੜੀ ਕਦਰ ਪੈਣੀ ਸੀ। ਸੋ ਮੈਂ ਇਹਨੂੰ ਸਮਝਾਉਣ ਡਿਆ ਸੀ ਕਿ ਸਾਡੇ ਸਰੋਵਰ ਦੀਆਂ ਮੱਛੀਆਂ ਨੂੰ ਮੱਛੀਆਂ ਨਹੀਂ ਕਹਿਣਾ, ਇਹ ਸਾਡੇ ਸਰੋਵਰ ਦੇ ਭਗਤ ਨੇ ਭਗਤ। ਲਓ ਜੀ 10 ਮਿੰਟਾਂ ਬਾਅਦ ਮੈਂ ਫਿਰ ਕੀ ਦੇਖਦਾ ਕਿ ਉਸੇ ਸਰਦਾਰ ਨੇ ਉਹੀ ਲਾਲਾ ਫੇਟ ਆਇਆ ਹੋਇਆ। ਮੈਂ ਫਿਰ ਸਰਦਾਰ ਨੂੰ ਉੱਪਰੋਂ ਚੱਕਿਆ, ਮੈਂ ਸਰਦਾਰ ਜੀ ਕਿਉਂ ਕੁੱਟਦੇ ਹੋ? ਕਹਿੰਦਾ ਕੁੱਟੀਏ ਨਾ ਤਾਂ ਹੋਰ ਕੀ ਕਰੀਏ, ਸਾਲਾ 10 ਮਿੰਟਾਂ ਬਾਅਦ ਆ ਕੇ ਮੇਰੇ ਕੰਨ 'ਚ ਹੌਲੀ ਦੇ ਕੇ ਪੁੱਛਦਾ ਵੀ ਸਰਦਾਰ ਜੀ ਤੁਸੀਂ ਕਦੇ ਭਗਤਾਂ ਦੇ ਪਕੌੜੇ ਖਾਧੇ ਆ? ਚਾਚਾ ਜੀ ਆਂਦੇ ਹੀ ਛੱਡਣੇ ਸ਼ੁਰੂ ਕਰਤੇ ਟੋਟਕੇ। ਓ ਬੀਬਾ, ਟੋਟਕੇ ਤਾਂ ਮੈਂ ਤੇਰੀ ਸੱਸ ਨੂੰ ਸੁਣਾਉਣੇ ਸੀ, ਪਰ ਲੱਗਦਾ ਤੇਰੀ ਗੱਡੀ ਦਾ ਕੋਈ ਜ਼ਿਆਦਾ ਹੀ ਬੁਰਾ ਹਾਲ ਹੈ। ਉਹਨੂੰ ਠੀਕ ਕਰਨ ਲਈ ਮੈਨੂੰ ਟੂਲ ਬਾਕਸ ਦੇ ਵਿੱਚੋਂ ਸਾਰੇ ਟੂਲ ਕੱਢਣੇ ਪੈਣੇ। ਚਾਚਾ ਜੀ ਆ ਟੂਲ ਟਾਲ ਬਾਅਦ ਚੋਂ ਕੱਢ ਲਿਓ, ਆਓ ਪਹਿਲਾਂ ਆਰਾਮ ਨਾਲ ਬਹਿ ਕੇ ਗੱਲਾਂ ਕਰਦੇ ਹਾਂ ਤੇ ਪਕੌੜੇ ਖਾਂਦੇ ਹਾਂ। ਚਲੋ 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 ਚਲੋ। ਡੈਡੀ ਮੈਨੂੰ ਤਾਂ ਡਰ ਲੱਗ ਰਿਹਾ, ਤੈਨੂੰ ਤਾਂ ਹਰ ਵੇਲੇ ਕੁਛ ਨਾ ਕੁਛ ਲੱਗਦਾ ਹੀ ਰਹਿੰਦਾ। ਕਦੀ ਤੈਨੂੰ ਭੁੱਖ ਲੱਗਦੀ ਆ, ਕਦੀ ਤੈਨੂੰ ਪਿਆਸ ਲੱਗਦੀ ਆ, ਕਦੀ ਤੈਨੂੰ ਧੁੱਪ ਲੱਗਦੀ ਆ, ਕਦੀ ਤੈਨੂੰ ਛਾਂ ਲੱਗਦੀ ਆ, ਕਦੀ ਤੈਨੂੰ ਜ਼ੁਕਾਮ ਲੱਗਦਾ, ਕਦੀ ਤੈਨੂੰ ਖਾਂਸੀ ਲੱਗਦੀ ਆ, ਕਦੀ ਤੈਨੂੰ ਬੁਲਾਉਣੇ ਲੱਗ ਜਾਂਦੇ ਆ। ਤੂੰ ਕਿਸੇ ਡਾਕਟਰ ਤੋਂ ਆਪਣਾ ਲੱਗ ਕੇ ਇਲਾਜ ਕਰਾ ਲਾ। ਇਲਾਜ ਤਾਂ ਹੁਣ ਕਰਾਉਣਾ ਹੀ ਪੈਣਾ, ਆ ਚਾਚੇ ਨੇ ਪਤਾ ਨੀ ਕਿਹੜਾ ਨਵਾਂ ਪੰਗਾ ਪਾਉਣਾ। ਹਾਂ ਵੀ ਨੀਲੂ ਹੁਣ ਸਮਝਾ ਮੈਨੂੰ ਪੂਰਾ ਕੇਸ ਕੀ ਆ। ਚਾਚਾ ਜੀ ਨਾ ਤਾਂ ਮੈਨੂੰ ਬਹੁਤੀ ਤਕਲੀਫ ਸਹੁਰੇ ਦੀ ਹੈ ਤੇ ਨਾ ਹੀ ਪ੍ਰਾਹੁਣੇ ਦੀ। ਪ੍ਰਾਹੁਣਾ ਦਾ ਨੀਲੂ ਤੇਰਾ ਮੈਂ ਦੇਖ ਲਿਆ, ਉਹਦਾ ਵਿਚਾਰਾ ਗੇਟ ਕੀਤਾ। ਬਸ ਇੱਕ ਸੱਸ ਹੀ ਹੈ ਜਿਹੜੀ ਮੇਰੀਆਂ ਅੱਖਾਂ 'ਚ ਰੜਕਦੀ ਹੈ। ਸੱਸ ਬਾਰੇ ਨੀਲੂ ਕੀ ਪੁੱਛਦੀ ਐਵੇਂ, ਗੁੱਸਾ ਨਾ ਕਰੀ, ਉਹ ਤਾਂ ਵਿਚਾਰਾ ਨਦੀ ਕਿਨਾਰੇ ਰੁੱਖ ਆ, ਅੱਜ ਡਿੱਗਿਆ ਭਾਵੇਂ ਭਲਕ ਡਿੱਗਿਆ। ਇਹ ਰੁੱਖ ਇੰਨੀ ਛੇਤੀ ਡਿੱਗਣ ਵਾਲਾ ਨਹੀਂ,
ਜਿੱਦਣ ਡਿਗਿਆ ਮੈਨੂੰ ਨਾਲ ਲੈ ਕੇ ਡਿਗੂ। ਨਾਲੇ ਤੁਹਾਨੂੰ ਮੈਂ ਇਸ ਕਰਕੇ ਨਹੀਂ ਇੱਥੇ ਬੁਲਾਇਆ ਕਿ ਤੁਸੀਂ ਉਲਟਾ ਮੈਨੂੰ ਸਮਝਾਓ, ਬਲਕਿ ਇਸ ਕਰਕੇ ਬੁਲਾਇਆ ਕਿ ਮੇਰਾ ਇਸ ਚੁੜੇਲ ਤੋਂ ਪਿੱਛਾ ਛੁਡਾਓ। ਚੂਹੇ ਦੀ ਡੰਗੀ ਤੇ ਚਤਰੇ ਦੀ ਚੰਡੀ ਇੱਕ ਬਰਾਬਰ ਆ, ਹੈੜਾ ਤਾਂ ਤੇਰਾ ਮੈਂ ਐਂ ਛੁਡਾ ਦੂੰ। ਪਰ ਨੀਲੂ ਵੇਖਿਆ ਜਾਵੇ, ਗੁੱਸਾ ਨਾ ਕਰੀ ਇੱਕ ਗੱਲ ਦਾ, ਵੀ ਸੱਸ ਵਰਗਾ ਸਸਤਾ, ਸੁੰਦਰ, ਟਿਕਾਊ ਤੇ ਇਮਾਨਦਾਰ ਨੌਕਰ ਦੁਨੀਆਂ 'ਚ ਕੋਈ ਨਹੀਂ ਪਛਾੜਦਾ ਕਿ ਸੱਸ ਨੂੰ ਟੈਕਲ ਕਰਨਾ ਆਉਣਾ ਚਾਹੀਦਾ। ਅੱਛਾ, ਮੈਂ ਵੀ ਤਾਂ ਸੁਣਾ ਕਿ ਸੱਸ ਨੂੰ ਟੈਕਲ ਕਿਵੇਂ ਕਰੀਦਾ। ਕੰਨ ਕਰ, ਤੇਰੇ ਵਰਗੀ ਖਚਰੀ ਨੂੰ ਕੰਮ ਤੇ ਜਾਣ ਤੋਂ ਪਹਿਲਾਂ ਦੁੱਧ ਦੀਆਂ ਦੋ ਸ਼ੀਸ਼ੀਆਂ ਭਰ ਕੇ ਸੱਸ ਨੂੰ ਫੜਾ ਕੇ ਜਾਂਦੀ ਹੈ ਕਿ ਮਾਂ ਜੀ ਮੈਂ ਚੱਲੀ ਹਾਂ ਡਿਊਟੀ ਤੇ, ਆ ਪਿਆ ਦੁੱਧ, ਦੋ ਦੋ ਘੰਟੇ ਬਾਅਦ ਆਪਣੇ ਪੋਤਰੇ ਨੂੰ ਪਿਲਾ ਦੇ, ਤੇ ਇੱਕ ਗਲਾਸ ਦੁੱਧ ਦਾ ਭਰ ਕੇ ਮੈਂ ਫਰਿੱਜ 'ਚ ਰੱਖ ਚੱਲੀ ਹਾਂ, ਉਹ 11:30 ਵਜੇ ਤੁਸੀਂ ਆਪ ਪੀ ਲੈਣਾ। ਤੇ ਨੀਲੂ ਮੇਰੇ ਕੋਲੋਂ ਲਿਖਾ ਲਾ ਜੇ ਸੱਸ ਆਪਣਾ ਵੀ ਦੁੱਧ ਦਾ ਗਲਾਸ ਤੇਰੇ ਮੁੰਡੇ ਨੂੰ ਨਾ ਪਿਲਾ ਦੇਵੇ ਤਾਂ ਮੈਨੂੰ ਚਤਰ ਸਿਉਂ ਨਾ। ਅੱਛਾ, ਤੇ ਜੇ ਬੀਬਾ ਜੀ ਤੁਹਾਡੇ 'ਚ ਸਬਰ ਦਾ ਮਾਦਾ ਘੱਟ ਹੈ, ਯਾਨੀ ਕਿ ਜਲਦੀ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ, ਅਰਥਾਤ ਤੁਰੰਤ ਸੱਸ ਤੋਂ ਮੁਕਤੀ ਚਾਹੁੰਦੇ ਹੋ, ਫਿਰ ਇਹਦੇ ਲਈ ਰੈਸਪੀ ਕੋਈ ਹੋਰ ਹੈ। ਚਾਚਾ ਜੀ ਇੱਕ ਮਿੰਟ ਮੈਂ ਨੋਟ ਕਰ। ਕਰੋ ਨੋਟ। ਸਵੇਰੇ 7 ਵਜੇ ਦੇਸੀ ਘਿਓ ਨਾਲ ਪਰੌਂਠੇ ਗੜੁੱਚ, ਉੱਪਰ ਅੱਧ ਪਾ ਮੱਖਣ ਦੀ ਟਿੱਕੀ, ਨਾਲ ਮਲਾਈ ਮਾਰ ਕੇ ਦੁੱਧ, ਲਗਾਤਾਰ 1.5 ਮਹੀਨਾ ਸੱਸ ਨੂੰ ਖਿਲਾਓ ਤੇ ਨਾਲ ਘੜੀ ਮੁੜੀ ਪੈਰੀ ਹੱਥ ਲਓ। ਚਾਚਾ ਜੀ ਮੈਂ ਸੇਵਾ ਵੀ ਕਰ ਦੂੰ, ਘਿਓ ਨਾਲ ਗੜੁੱਚ ਪਰੌਂਠੇ ਵੀ ਖਿਲਾ ਦੂੰ, ਪਰ ਇਹ ਬਾਰ ਬਾਰ ਪੈਰੀ ਹੱਥ ਲਾਉਣ ਵਾਲੀ ਗੱਲ ਮੇਰੇ ਹੱਥ ਨਹੀਂ ਹੋਈ। ਕਮਲੀਏ ਪੈਰੀ ਹੱਥ ਆਸ਼ੀਰਵਾਦ ਲੈਣ ਨੂੰ ਥੋੜਾ ਲਾਉਣਾ, ਨਾ ਹੋਰ ਕਾਹਦੇ ਲਈ ਲਾਉਣਾ। ਚੈੱਕ ਹੀ ਕਰਨਾ ਬੁੜੀ ਦੇ ਪੈਰਾਂ ਨੂੰ ਸੋਜਾ ਆਇਆ ਕਿ ਨਹੀਂ ਆਇਆ, ਤੇ ਜੇ ਸੋਜਾ ਘੱਟ ਹੈ ਤਾਂ ਰਾਸ਼ਨ ਦੀ ਮਿਕਦਾਰ ਥੋੜੀ ਹੋਰ ਵਧਾਓ। ਇੱਕ ਮਿੰਟ ਮੈਂ ਜਾਣੀ ਕਿ ਅੱਧ ਪਾ ਮੱਖਣ ਦੀ ਥਾਂ ਪਾਈਆ ਮੱਖਣ ਵਿੱਚ ਲੂਣ ਦੀ ਮਾਤਰਾ ਵਧਾ ਕੇ ਨਾਲ ਪਲਾਓ ਤੋਕੜ ਮੱਝ ਦੇ ਦੁੱਧ ਦੀ ਗਲਾਸੀ, ਤੇ ਫਿਰ ਨੀਲੂ ਮੇਰੇ ਕੋਲੋਂ ਲਿਖਾ ਲਾ ਕਿ ਸੱਸ ਤੇਰੀ ਲੋੜ ਹੀ ਨਹੀਂ ਟੱਪਦੀ, ਕਿ ਟੱਪ ਗਈ ਤਾਂ ਵਿਸਾਖੀ ਤੋਂ ਪਹਿਲਾਂ ਸੱਸ ਤੋਂ ਖਲਾਸੀ। ਸੱਚਾ ਮੈਨੂੰ ਲੱਗਦਾ ਤੁਹਾਡਾ ਇਹ ਇਕੱਲਿਆਂ ਦਾ ਕੰਮ ਨਹੀਂ, ਪਿੰਡੋਂ ਚਾਚੀ ਨੂੰ ਵੀ ਬੁਲਾ ਹੀ ਲਓ ਤੇ ਫਿਰ ਮਿਲ ਕੇ ਠੀਕ ਕਰੋ। ਡੋਹੇ ਦਾ ਡੰਗਿਆ ਤੇ ਚਪਰੇ ਦਾ ਚੱਡਿਆ ਇੱਕ ਬਰਾਬਰ ਹੈ, ਤੁਹਾਡੀ ਚਾਚੀ ਨੇ ਆ ਕੇ ਇੱਥੇ ਸਵਾਹ ਠੀਕ ਕਰਨ, ਉਹਦੇ ਕੋਲੋਂ 25 ਸਾਲਾਂ 'ਚ ਮੈਂ ਤਾਂ ਠੀਕ ਨਹੀਂ ਹੋਇਆ। ਲੱਗਦਾ ਤੁਹਾਡੀ ਡੈਂਟਿੰਗ ਪੇਂਟਿੰਗ ਮੈਨੂੰ ਆਪ ਹੀ ਕਰਨੀ ਪੈਣੀ ਹੈ। ਡੈਂਟਿੰਗ ਪੇਂਟਿੰਗ ਵਾਲਾ ਤਾਂ ਇਹ ਕੇਸ ਨਹੀਂ ਹੈਗਾ ਚਾਚਾ ਜੀ। ਚਾਚਾ ਜੀ ਬਖਸ਼ੀ ਸਾਹਿਬ ਮੈਂ ਤੀਏ ਤੋਂ ਤੁਹਾਡਾ ਚਾਚਾ ਕਿੱਥੋਂ ਲੱਗਿਆ? ਪਰ ਅਸੀਂ ਤਾਂ ਸੁਣਿਆ ਸਾਡੀ ਚਾਚੀ ਵੀ ਤੁਹਾਨੂੰ ਚਾਚਾ ਹੀ ਕਹਿੰਦੀ ਹੈ। ਮੈਂ ਚਾਚਾ ਕਹਿਣ ਨੂੰ ਮੈਂ ਉਹਦਾ ਹੱਥੀ ਪਾਲ ਕੇ ਵਿਆਹ ਕੀਤਾ। ਓ ਚਲੋ ਕੀ ਫਰਕ ਪੈਂਦਾ ਜੀ। ਹਾਂ ਚਾਚਾ ਕਹਿਣ ਨਾਲ ਤਾਂ ਨਹੀਂ ਫਰਕ ਪੈਂਦਾ, ਫੁੱਫੜ ਕਹਿ ਕੇ ਦੇਖੋ ਸ਼ਾਇਦ ਫਰਕ ਪੈ ਜਾਵੇ। ਫੁੱਫੜ ਕਹਿਣ ਨਾਲ ਕੀ ਫਰਕ ਪੈ ਜੂਗਾ ਜੀ? ਫਰਕ ਦਾ ਪਤਾ ਲੱਗ ਜੂ ਜਦੋਂ ਭੂਆ ਪੱਲਿਓਂ ਪਾਉਣੀ ਪਈ। ਭੂਆ ਯਾਨੀ ਕਿ ਡੈਡੀ ਜੀ ਦੀ ਭੂਆ, ਲੱਗਦਾ ਡੈਡੀ ਜੀ ਦੀ ਬੇਇੱਜ਼ਤੀ ਹੋਈ ਆ। ਚਲੋ ਮੈਨੂੰ ਕੋਈ ਫਰਕ ਨਹੀਂ ਪੈਣਾ। ਆਹੋ ਤੈਨੂੰ ਕਾਹਨੂੰ ਫਰਕ ਪੈਣਾ, ਜਿਹਨੂੰ ਫਰਕ ਪਿਆ ਉਹਨੂੰ ਪੁੱਛ ਕੇ ਦੇਖ। ਮੈਂ ਪਿੰਡ ਜਾ ਕੇ ਲੋਕਾਂ ਨੂੰ ਕੀ ਮੂੰਹ ਦਿਖਾਊਂਗਾ, ਕੀ ਦੱਸੂਗਾ ਵੀ ਨੀਲੂ ਦਾ ਪ੍ਰਾਹੁਣਾ ਅੱਜ ਕੱਲ੍ਹ ਮਾਂ ਪਿਓ ਨੇ ਘਰੇ ਦਰਵਾਜ਼ੇ ਖੋਲਣ ਤੇ ਰੱਖਿਆ ਹੋਇਆ। ਪੈ ਗਿਆ ਫਰਕ ਬਾਬਾ, ਪੈ ਗਿਆ। ਅਏ ਫਰਕ ਹੀ ਤੇ ਮੈਂ ਪਾਉਣਾ ਆ, ਕਿਉਂਕਿ ਡੂਹੇ ਦਾ ਡੰਗਿਆ ਤੇ ਚਤਰੇ ਦਾ ਚੰਡਿਆ ਇੱਕ ਬਰਾਬਰ ਆ। ਮੈਨੂੰ ਤੁਹਾਡੀ ਗੱਡੀ ਦਾ ਇੰਜਣ ਖੋਲ ਕੇ ਭਾਵੇਂ ਦੁਆਰਾ ਨਾ ਫਿੱਟ ਕਰਨਾ ਪਵੇ, ਫਰਕ ਦੇ ਪੁੱਤਰਾ ਹੁਣ ਮੈਂ ਇੱਥੋਂ ਪਾ ਕੇ ਜਾਊਂ। ਓ ਛੋਟੇ ਨਵਾਬ, ਇੱਕ ਤਾਂ ਤੁਸੀਂ ਪਿੱਛੋਂ ਆਵਾਜ਼ ਜ਼ਰੂਰ ਮਾਰਨੀ ਹੁੰਦੀ ਹੈ, ਬੰਦੇ ਨੇ ਕਿਸੇ ਜ਼ਰੂਰੀ ਕੰਮ ਜਾਣਾ ਹੁੰਦਾ ਹੈ। ਡੈਡੂ ਉਹ ਤੂੰ ਨਿਤ ਕਿਹੜੇ ਜ਼ਰੂਰੀ ਕੰਮ ਜਾਂਦਾ ਹੋਏ? ਅਏ ਬਖਸ਼ੀ ਸਾਹਿਬ, ਇੱਕ ਤਾਂ ਅਗਲੇ ਦਾ ਕੰਮ ਕੁੱਤਾ, ਉਹ ਤਾਂ ਤੁਸੀਂ ਬਹੁ ਬਹੁ। ਤੈਨੂੰ ਕੋਈ ਸ਼ਰਮ ਹੋਣੀ ਚਾਹੀਦੀ ਆ, ਹੈ ਬੰਧਾਲਾ ਦੁਆਲਾ ਤਾਂ ਦੇਖੇ, ਕੋਈ ਕਿਸੇ ਨੂੰ ਨਮਸਤੇ, ਕੋਈ ਸਤਿ ਸ੍ਰੀ ਅਕਾਲ, ਕੋਈ ਪੈਰੀ ਪੈਣਾ ਤੇ ਕਰ ਦਿੰਦੇ ਆ, ਪੈਰੀ ਪੈਣਾ। ਓਏ ਬੰਦਾ ਬਣ, ਪੈਂਦਾ ਗੋਡਿਆਂ ਨੂੰ ਆ ਕਹੀ ਪੈਰਾਂ ਨੂੰ ਜਾਣਾ। ਤੁਸੀਂ ਆਸ਼ੀਰਵਾਦ ਦੇਣਾ ਦਿਓ, ਮੈਂ ਜਾਣ ਵਾਲਾ ਬਣਾ, ਇੱਕ ਤਾਂ ਮੇਰਾ ਕੰਮ ਕੁੱਤਾ, ਉਤੋਂ ਤੁਸੀਂ। ਓਏ ਓਏ ਮੋਟਰਸਾਈਕਲ ਤੇ ਬਹਿ ਕੇ ਮੂੰਹ ਨਾਲ ਪੀ ਵਜਾਉਣ ਵਾਲਿਆ, ਸਾਡਾ ਕੁੱਤਾ ਸਾਨੂੰ ਇਹ ਦਊਂ ਦਊਂ? ਨਾਲੇ ਮੇਰਾ ਆਸ਼ੀਰਵਾਦ ਐਡਾ ਕੋਈ ਸਸਤਾ ਨਹੀਂ ਜਿਹੜਾ ਮੈਂ ਕੁੱਤੇ ਬਿੱਲੀਆਂ 'ਚ ਵੜਦਾ। ਫਿਰ ਬਾਏਦਾ ਵੀ ਤੂੰ ਚੱਲਿਆ ਕਿੱਥੇ? ਓਏ ਕਾਕਾ ਜਾਣ ਵਾਲੇ ਨੂੰ ਕਿੱਥੇ ਨਹੀਂ ਪਾਈਦੀ ਹੁੰਦੀ, ਜਾ ਮੇਰਾ ਪੁੱਤ ਜਾ, ਐਸ਼ ਕਰ ਜਿੱਥੇ ਚੱਲਿਆ ਸੀ, ਬੁੱਲੇ ਲੁੱਟ ਜਵਾਨੀਆਂ ਮਾਂ, ਜਾ ਭੱਜ, ਜਾ ਜਾ ਜਾ, ਤੇ ਨਾਲੇ ਜਾ ਕੇ ਛਿੱਤਰ ਵੀ ਖਾ। ਇੱਕ ਤਾਂ ਮੇਰੀ ਜ਼ਿੰਦਗੀ ਦੀ ਗੱਡੀ ਦੇ ਕਾਰਬੋਰੇਟਰ 'ਚ ਸਭ ਤੋਂ ਵੱਡਾ ਕਚਰੇ ਦਾ ਪੀਸ ਇਹ ਆ। ਇੱਕ ਗੱਲ ਮੈਨੂੰ ਇਹ ਸਮਝ ਨਹੀਂ ਆਉਂਦੀ, ਰੋਜ਼ ਰੋਜ਼ ਨਵੀਂ ਥਾਂ ਤੋਂ ਛਿੱਤਰ ਖਾ ਕਿਵੇਂ ਲੈਂਦਾ? ਆਹ ਤੇਰੇ ਵਾਂਗੂ ਖਾਵੇ ਤਾਂ ਇੱਕ ਥਾਂ ਤੋਂ ਬੰਦਾ ਟਿਕਾ ਕੇ ਖਾਵੇ ਸਾਰੀ ਉਮਰ। ਉਹ ਜ਼ਮਾਨੇ ਗਏ ਜਦੋਂ ਬੰਦਾ ਇੱਕ ਥਾਂ ਤੋਂ ਟਿਕ ਕੇ ਖਾਂਦਾ ਸੀ, ਹੁਣ ਤੇ ਜ਼ਮਾਨੇ ਬਦਲ ਗਏ ਨੇ। ਕੱਲੀ ਕਾਰੀ ਜਾਨ, ਚਾਰ ਚਾਰ ਕੁੜੀਆਂ ਦੇ ਕਾਲਜ, ਬੰਦਾ ਜਾਵੇ ਤੇ ਕਿੱਥੇ ਜਾਵੇ? ਅਗਲੀਆਂ ਮਾਈਂਡ ਕਰਦੀਆਂ ਕਿ ਵਿੱਕੀ ਭਾਜੀ ਅੱਜ ਜੀ ਸਾਡੇ ਵੱਲ ਨਹੀਂ ਆਏ। ਓਏ ਫਟੇ ਮੂੰਹ ਤੇਰੀ ਘਰੇਲੂ ਆਸ਼ਕੀ ਦੇ, ਘਰੇ ਤੇ ਪੜੇ ਨਹੀਂ ਜਾਂਦਾ, ਖੇ ਪਤਾ ਨਹੀਂ ਕਿੱਥੇ ਜਾ ਕੇ ਖਾਂਦਾ। ਓਏ ਬਖਸ਼ੀ ਸਾਹਿਬ, ਤੁਸੀਂ ਜ਼ਿੰਦਗੀ 'ਚ ਕਦੇ ਖੇ ਦਾ ਸਵਾਦ ਦੇਖਿਆ ਹੋਵੇ ਤਾਂ ਤੁਹਾਨੂੰ ਪਤਾ ਹੋਵੇ ਖੇ ਕਿੱਦਾਂ ਦੀ ਹੈ। ਅੱਜ ਤੁਹਾਨੂੰ ਖੇ ਦਾ ਟੇਸਟ ਕਰਾਈਏ, ਕਾਕਾ ਕੱਢ ਗੱਡੀ, ਫਿਰ ਅੱਜ ਬਖਸ਼ੀ ਸਾਹਿਬ ਨੂੰ ਦਿਖਾ ਦਈਏ ਕਿ ਚੂਹੇ ਦਾ ਡੰਗਿਆ ਤੇ ਚਤਰੇ ਦਾ ਚੰਡਿਆ ਇੱਕ ਬਰਾਬਰ।
ਪਨੀਰੀ ਕਰਦੀ ਕੀ ਕੀ ਕਾਰੇ ਟੈਲੀਵਿਜ਼ਨ ਨੇ ਪੱਟਤੀ ਦੁਨੀਆ ਪਰਦੇ ਲਾਤੇ ਸਾਰੇ ਅੱਜ ਕੱਲ ਦੀ ਏ ਨਵੀਂ ਪਨੀਰੀ ਕਰਦੀ ਕੀ ਕੀ ਕਾਰੇ ਟੈਲੀਵਿਜ਼ਨ ਨੇ ਪੱਟਤੀ ਦੁਨੀਆ ਪਰਦੇ ਲਾਤੇ ਸਾਰੇ ਸੌ ਚੈਨਲ ਨੇ ਹੁਣ ਤਾਂ ਚੱਲਦੇ ਸੌ ਚੈਨਲ ਨੇ ਹੁਣ ਤਾਂ ਚੱਲਦੇ ਪਤਾ ਨੀ ਕੀ ਕੀ ਆਉਂਦਾ ਸੁਣ ਲਓ ਚਾਚੇ ਤੋਂ ਚਾਚਾ ਸੱਚ ਸੁਣਾਉਂਦਾ ਸੁਣ ਲਓ ਸ਼ਰਮ ਦੇ ਪਰਦੇ ਪਾੜੇ ਹੋਰ ਪੜਾਈਆਂ ਪੜਦੇ ਲਾਤੇ ਸੰਗ ਸ਼ਰਮ ਦੇ ਪਰਦੇ ਪਾੜੇ ਹੋਰ ਪੜਾਈਆਂ ਪੜਦੇ ਬਣਠਣ ਮੋੜਾਂ ਉੱਤੇ ਖੜਦੇ ਬਣਠਣ ਮੋੜਾਂ ਤੇ ਖੜਦੇ ਰਾਂਝਾ ਹਰ ਕੋਈ ਅਖਵਾਉਂਦਾ ਸੁਣ ਲਓ ਚਾਚੇ ਤੋਂ ਚਾਚਾ ਸੱਚ ਸੁਣਾਉਂਦਾ ਸੁਣ ਲਓ ਜਾਂਦੇ ਮਾਪਿਆਂ ਨੂੰ ਵਿਚਾਰ ਹੋ ਗਈ ਨਸ਼ਿਆਂ ਦੀ ਪਰਮਾਰ ਹੋ ਗਈ ਨਸ਼ਿਆਂ ਦੀ ਪਰਮਾਰ ਸੁੱਟਾ ਹਰ ਕੋਈ ਚੋਰੀ ਲਾਉਂਦਾ ਸੱਚੀ ਗੱਲ ਚਾਚੇ ਦੀ ਚਾਚਾ ਸੱਚ ਸੁਣਾਉਂਦਾ ਸੁਣ ਲਓ She said, yo, D, can we kick it again? I said, wait a minute, girl, you son of a... Jean top a phone, name modern a phone, belle pirde am a phone, belle pirde am a phone, cell phone rain, di kasri kadam da, sun lo cha che to, cha 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 suno da, sun lo cha. ਜਵਾਨ ਚਲਾਉਣ ਲੱਗੀ ਸੀ ਮੈਂ ਵੀ ਫਿਰ ਇੱਕ ਹੱਥ ਚੱਕਿਆ ਖੁਰਚਣਾ ਤੇ ਦੂਜੇ ਹੱਥ ਝਾੜੂ ਚਾਰ ਪੰਜ ਧਰੀਆਂ ਬੁਸ ਬੁਸ ਕਰਦੀ ਸੀ ਹੁਣ ਚੱਲ ਸਫਾ ਕਰ ਤੂੰ ਸੁਣਾ ਤੇਰੀ ਨੂੰ ਕਿੱਦਾਂ ਮੈਂ ਤਾਂ ਖਿੱਚ ਕੇ ਰੱਖੀ ਹੈ ਨਾ ਘਰੇ ਨੌਕਰ ਹੈ ਤੇ ਨਾ ਨੌਕਰਾਨੀ ਸਾਰਾ ਘਰ ਦਾ ਕੰਮ ਆਪ ਕਰਦੀ ਹੈ ਤੇ ਹੁਣ ਬੁਲਾ ਲਿਆ ਚਾਚਾ ਬੜਾ ਮਦਦਗਾਰ ਬਣ ਕੇ ਆਇਆ ਹੈ ਨਾ ਹੁਣ ਚਾਚਾ ਬੁਲਾ ਲਿਆ ਆਪਣਾ ਤੇ ਹੋਰ ਪਰ ਹੁਣ ਗਿਆ ਕਿੱਥੇ ਹੈ ਜਾਣਾ ਕਿੱਥੇ ਹੈ ਇੱਥੇ ਹੀ ਧੱਕੇ ਖਾਂਦਾ ਫਿਰਦਾ ਹੋਣਾ ਕੁੜੀ ਦੇ ਸਹੁਰੇ ਆ ਕੇ ਵੀ ਟਿਕਦਾ ਸਾਰੇ ਮੁਹੱਲੇ 'ਚ ਹਲ ਹਲ ਕਰਦਾ ਫਿਰਦਾ ਲੈ ਆ ਗਿਆ ਚਾਚਾ ਭਰਾ ਜੀ ਤੁਸੀਂ ਕਿੱਥੋਂ ਆਏ ਹੋ ਤੁਹਾਡੇ ਮੁਹੱਲੇ ਦੇ ਕੁੱਤਿਆਂ ਦੀ ਰੇਸ 'ਚੋਂ ਫਸਟ ਆਇਆ ਫਸਟ ਆਏ ਹੋ ਸਾਰੇ ਮੁਹੱਲੇ ਦੇ ਕੁੱਤੇ ਇਕੱਠੇ ਹੋ ਗਏ ਮਗਰ ਪੈ ਗਏ ਫਸਟ ਆਉਣਾ ਸੀ ਲੱਤਾਂ ਥੋੜ੍ਹਾ ਪੜਵਾਉਣੀਆਂ ਸੀ
ਲੈ ਤੂੰ ਪੁੱਛਦੀ ਸੀ ਨਾ ਮਿਲ ਲੈ ਇਹ ਹੈ ਨੀਲੂ ਦਾ ਚਾਚਾ ਨਾ ਇਹ ਹੈ ਚਾਚਾ ਕੀ ਗੱਲ ਪਸੰਦ ਨੀ ਆਇਆ ਨਹੀਂ ਨਹੀਂ ਐਸੀ ਗੱਲ ਨੀ ਦੇਖ ਲੈ ਜਿੱਥੋਂ ਜਿੱਥੋਂ ਨਹੀਂ ਚੰਗਾ ਲੱਗਿਆ ਉੱਥੋਂ ਉੱਥੋਂ ਛਾਂਕ ਦਿੰਦੇ ਹਾਂ ਪਰ ਮਾਫ਼ ਕਰਨਾ ਇਹ ਚਾਚਾ ਅੱਜ ਤੱਕ ਕਦੇ ਰਿਜੈਕਟ ਤਾਂ ਨਹੀਂ ਹੋਇਆ ਵੈਸੇ ਕੋਈ ਸਿਲੈਕਟ ਹੋਣ ਵਾਲੀ ਗੱਲ ਵੀ ਨਹੀਂ ਦੱਸਦੀ ਇਹਦੇ 'ਚ ਬੀਬਾ ਤੇਰਾ ਕੋਈ ਕਸੂਰ ਨਹੀਂ ਦਰਅਸਲ ਜਦੋਂ ਤੈਨੂੰ ਪਤਾ ਨਹੀਂ ਉਹ ਗੱਲ ਦਾ ਕਿਹੜੀ ਗੱਲ ਦਾ ਆਹੀ ਕਿ ਠੂਹੇ ਦੀ ਡੰਗੀ ਤੇ ਚਤਰੇ ਦੀ ਚੰਡੀ ਇੱਕ ਬਰਾਬਰ ਹੈ ਆ ਨੀਲੂ ਇਹ ਕੁੜਾ ਨੀਲੂ ਕਿੱਥੇ ਆ ਬੜਾ ਅਜੀਬ ਜਿਹਾ ਚਾਚਾ ਭੌਂਕੀ ਜਾਵੇ ਮੈਂ ਨਹੀਂ ਪਰਵਾਹ ਕਰਦੀ ਮੈਂ ਤਾਂ ਇਹਦੇ ਮੂੰਹ ਤੇ ਖਰੀਆਂ ਖਰੀਆਂ ਸੁਣਾ ਦੀਆਂ ਚੰਗਾ ਕੀਤਾ ਸੱਸ ਮੇਰੀ ਤਾਂ ਬੜੀ ਕਪੱਤੀ ਬਿਨਾਂ ਗਾਲ ਨਾ ਬੋਲੇ ਨੀ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ ਲੈਣੀ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ ਲੈਣੀ ਮੈਂ ਸੱਸ ਕੁੱਟਣੀ ਉਹ ਨੀਲੂ ਕਿੱਥੇ ਲੁਕੀ ਬੈਠੀ ਤੂੰ ਚਾਚਾ ਜੀ ਕਿੱਥੇ ਚਲੇ ਗਏ ਸੀ ਤੁਸੀਂ ਚਾਚੇ ਨੇ ਕਿਹੜੇ ਢੱਠੇ ਖੂਹ 'ਚ ਜਾਣਾ ਚਾਚਾ ਤਾਂ ਇੱਥੇ ਹੀ ਹੈ ਪਰ ਪਹਿਲਾਂ ਮੈਨੂੰ ਐਂ ਦੱਸ ਤੇਰੀ ਸੱਸ ਕੋਲੋਂ ਥੱਲੇ ਕੌਣ ਬੈਠੀ ਹੈ ਅੰਮਾ ਦੀਆਂ ਮੇਲਣਾ ਜੁਲਾਈਆਂ ਤੇ ਤੇਲਣਾ ਇਹੀ ਤਾਂ ਹੈ ਸਾਰੇ ਪੌੜੇ ਦੀ ਜੜ ਮਿਸਿਸ ਸਚਦੇਵਾ ਸਾਡੇ ਮੱਲੇ ਚ ਰਹਿੰਦੀ ਹੈ ਤੇ ਮੰਮੀ ਨੂੰ ਆ ਕੇ ਰੋਜ਼ ਪੁੱਠੇ ਸਿੱਧੇ ਪੰਪ ਦਿੰਦੀ ਰਹਿੰਦੀ ਹੈ ਤੇ ਮੰਮੀ ਇਹਦੇ ਮਗਰ ਲੱਗ ਕੇ ਮੈਨੂੰ ਗਾਲਾਂ ਕੱਢਦੇ ਰਹਿੰਦੇ ਆ ਨੀਲੂ ਚਿੰਤਾ ਨਾ ਕਰ ਕਿਉਂਕਿ ਠੂਹੇ ਦੀ ਡੰਗੀ ਤੇ ਚਤਰੇ ਦੀ ਚੰਡੀ ਇੱਕ ਬਰਾਬਰ ਆ ਜਿਹੜਾ ਹੈਂਡ ਪੰਪ ਤੇਰੇ ਚਾਚੇ ਨੇ ਤੇਰੀ ਖਾਤਰ ਤੇਰੇ ਘਰੇ ਲਾ ਕੇ ਜਾਣਾ ਉਹਦੇ ਮੂਹਰੇ ਤਾਂ ਮਿਸਿਸ ਸਚਦੇਵਾ ਦੇ ਪੰਪ ਨੇ ਖਾਣਾ ਤੱਕ ਨਹੀਂ ਕਿਉਂ ਤੁਹਾਡੇ ਪੰਪ 'ਚ ਅਜਿਹੀ ਕਿਹੜੀ ਖਾਸੀਅਤ ਹੈ ਉਹਦੀ ਖਾਸੀਅਤ ਇਹ ਆ ਕਿ ਜਦੋਂ ਉਹਨੂੰ ਗੇੜੋ ਉਹ ਪਾਣੀ ਨਹੀਂ ਕੱਢਦਾ ਫੇਰ ਕੀ ਕੱਢਦਾ ਸਿੱਧੀਆਂ ਮਾਵਾਂ ਭੈਣਾਂ ਦੀਆਂ ਡਾਇਰੈਕਟ ਗਾਲਾਂ ਕੱਢਦਾ ਉਹ ਜਦੋਂ ਤੇਰੀ ਸੱਸ ਤੈਨੂੰ ਚੰਗਾ ਮੰਦਾ ਬੋਲੇ ਤੂੰ ਆਪਣੀ ਜ਼ੁਬਾਨ ਗੰਦੀ ਨਹੀਂ ਕਰਨੀ ਚੁੱਪ ਕਰਕੇ ਨਲਕਾ ਗੇੜਨ ਲੱਗ ਜਾ ਚਾਚਾ ਜੀ ਕਿਤੇ ਸੱਚੀ ਹੁੰਦਾ ਇਹੋ ਜਿਹਾ ਪੰਪ ਕਮਲੀ ਪਰ ਨੀਲੂ ਮੈਨੂੰ ਤੇਰੀ ਸੱਸ ਕੋਈ ਬਹੁਤੀ ਸਿਆਣੀ ਲੱਗਦੀ ਹੈ ਨਹੀਂ ਉਹ ਕਿਉਂ ਉਹਦੇ ਮਗਰ ਲੱਗਦੀ ਆ ਉਹਦਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਓਹੋ ਚਾਚਾ ਜੀ ਦਿਮਾਗ ਤਾਂ ਕੰਮ ਕਰੇ ਨਾ ਜੀ ਉਹ ਕਰਨ ਦੇਵੇ ਮਿਸਿਸ ਸਚਦੇਵਾ ਨੇ ਮੰਮੀ ਜੀ ਦੇ ਦਿਮਾਗ 'ਚ ਕੁੱਟ ਕੁੱਟ ਕੇ ਭਰਤਾ ਹੈ ਕਿ ਉਹਦਾ ਉਹਦੀ ਨੂੰਹ ਤੇ ਫੁੱਲ ਕੰਟਰੋਲ ਹੈ ਤੇ ਉਹਦੀ ਨੂੰਹ ਅੱਗੋਂ ਮੇਰੀ ਸਹੇਲੀ ਹੈ ਉਹ ਆਪਣੀ ਸੱਸ ਨੂੰ ਘਰੇ ਸਾਹ ਤੱਕ ਨਹੀਂ ਲੈਣ ਦਿੰਦੀ ਤੇ ਇਹ ਇੱਥੇ ਆ ਕੇ ਬੈਠੀ ਰਹਿੰਦੀ ਹੈ ਤੇ ਫੋਕੇ ਫੈਂਟਰ ਛੱਡਦੀ ਰਹਿੰਦੀ ਹੈ ਪਰ ਤੇਰੀ ਸੱਸ ਉਹਦੇ ਘਰੇ ਜਾ ਕੇ ਅਸਲੀਅਤ ਤਾਂ ਜਾਣ ਸਕਦੀ ਹੈ ਕਿ ਨਹੀਂ ਜਾਊ ਤਾਂ ਜੀ ਉਹ ਜਾਣ ਦਊ ਜਦੋਂ ਮੰਮੀ ਜੀ ਜਾਣ ਦੀ ਗੱਲ ਕਰਦੇ ਆ ਉਹ ਜਦੋਂ ਹੀ ਮੰਮੀ ਜੀ ਨੂੰ ਰੋਕ ਲੈਂਦੀ ਹੈ ਦੂਹੇ ਦੀ ਡੰਗੀ ਤੇ ਚਤਰੇ ਦੀ ਚੰਡੀ ਇੱਕ ਬਰਾਬਰ ਆ ਤੇਰੀ ਸੱਸ ਨੂੰ ਤਾਂ ਰੋਕ ਲੂ ਪਰ ਚਾਚੇ ਨੂੰ ਕਿੱਥੋਂ ਰੋਕੂ ਚਾਚਾ ਤਾਂ ਜਾਊ ਜਾਊ ਕੀ ਚਾਚਾ ਤਾਂ ਬਲ ਕੇ ਗਿਆ ਚਾਚਾ ਜੀ ਕਿੱਥੇ ਗਏ ਨੀ ਤੂੰ ਅੱਖ ਰੱਖੀ ਇਸ ਚਾਚੇ ਤੇ ਰਿਪੋਰਟ ਆ ਉਮਰ ਹੈ ਮੇਰੀ ਅੱਖ ਖੰਦੀ ਸੁਖਨਾ ਜਿਉਂਦਾ ਰਹੇ ਵਿੱਕੀ ਦਾ ਪਾਪਾ ਖਤਰਨਾਕ ਲੱਗਦਾ ਤੂੰ ਨਜ਼ਰ ਰੱਖੀ ਇਸ ਚਾਚੇ ਤੇ ਇਹੋ ਜਿਹੇ ਮਲੰਗ ਨੂੰ ਮੈਂ ਟੱਚ ਨਾ ਜਾਣਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਜਨਾਨੀਆਂ ਇੱਕ ਗੱਲ ਕਿਉਂ ਭੁੱਲ ਜਾਂਦੀ ਆ ਕਿ ਸਾਰਾ ਦੀਆਂ ਸਹੇਲੀਆਂ ਤੇ ਮਲੰਗਾਂ ਦੀਆਂ ਸਹੇਲੀਆਂ ਜ਼ਿੰਦਗੀ 'ਚ ਕਦੇ ਖਾਤਾ ਨਹੀਂ ਖਾਂਦੀਆਂ ਹੈ ਤੁਸੀਂ ਤਾਂ ਅੰਦਰ ਗਏ ਸੀ ਹਾਂ ਇੱਕ ਵਾਰੀ ਛੋਟਾ ਹੁੰਦਾ ਗਿਆ ਸੀ ਤੁਹਾਨੂੰ ਕਿਵੇਂ ਪਤਾ ਨਹੀਂ ਭਰਾ ਜੀ ਉਹ ਤਾਂ ਕਹਿਣ ਦਾ ਮਤਲਬ ਹੈ ਵੀ ਹੁਣੇ ਤਾਂ ਤੁਸੀਂ ਅੰਦਰ ਗਏ ਸੀ ਤੇ ਹੁਣ ਬਾਹਰੋਂ ਆ ਰਹੇ ਹੋ ਇਹ ਕੜਮਣੀ ਸਾਹਿਬ ਇਹ ਦੁਨੀਆ ਗੋਲ ਹੈ ਦੇਖੋ ਮੈਂ ਇਧਰੋਂ ਅੰਦਰ ਗਿਆ ਅੰਦਰੋਂ ਬਾਹਰ ਗਿਆ ਤੇ ਬਾਹਰੋਂ ਫੇਰ ਅੰਦਰ ਆ ਗਿਆ ਪਰ ਤੁਸੀਂ ਦੋਨੋਂ ਇੱਥੇ ਦੀਆਂ ਇੱਥੇ ਬੈਠੀਆਂ ਇਹ ਮੇਰੀ ਸਹੇਲੀ ਹੈ ਮੈਨੂੰ ਮਿਲਣ ਆਈ ਹੈ ਤੁਹਾਨੂੰ ਕੀ ਇਤਰਾਜ ਹੈ ਇਤਰਾਜ ਤਾਂ ਇਹੀ ਆ ਕਿ ਸਾਡੇ ਕੋਲ ਨਹੀਂ ਨਾ ਬੈਠੀ ਕੀ ਕਿਹਾ ਚਲੋ ਸਾਨੂੰ ਇਤਰਾਜ ਨਾ ਸਹੀ ਪਰ ਕਿਸੇ ਹੋਰ ਨੂੰ ਤਾਂ ਇਤਰਾਜ ਹੋ ਸਕਦਾ ਕੀ ਕੰਮ ਫੜਿਆ ਜਨਾਬ ਨੇ ਲੋਕਾਂ ਨੂੰ ਪੁੱਠੀ ਪੱਟੀ ਪੜਾਉਣੀ ਆ ਸੱਸਾਂ ਪੜਕਾਉਣੀ ਆ ਲੋਹਾ ਤੜਫਾਉਣੀ ਆ ਤੇ ਆਪਣੇ ਵਾਲੀ ਨੂੰਹ ਨੂੰ ਘਰੇ ਭੜੋਲੇ 'ਚ ਲਿਪ ਕੇ ਆਉਣੀ ਆ ਨਾ ਹੋਰ ਮੈਂ ਆਪਣੀ ਨੂੰਹ ਨੂੰ ਕੁੱਛੜ ਚੁੱਕੀ ਫਿਰਾਂ ਘਰੇ ਕੰਮ ਕਿਹਨੇ ਕਰਨਾ ਇਹਦਾ ਮਤਲਬ ਤੁਹਾਡਾ ਤੁਹਾਡੀ ਨੂੰਹ ਤੇ ਖਾਸਾ ਰੋਹਬ ਹੈ ਆਹੋ ਉਹ ਤਾਂ ਹੈਗਾ ਹੀ ਹੈ ਫਿਰ ਤਾਂ ਤੁਹਾਤੋਂ ਡਰਦੀ ਵੀ ਵਾਹਵਾ ਹੋਣੀ ਆ ਡਰਦੀ ਮੈਂ ਤਾਂ ਪੀ ਜਾਂ ਸੀਰਮੇ ਅਜੇ ਸਵੇਰੇ ਕੁੱਤੇ ਖਾਣੀ ਕਰਕੇ ਆਈ ਆ ਤੇ ਜਾਂਦੀ ਨੇ ਫੇਰ ਦੇ ਦੇਣਾ ਦੱਖੂ ਦਾਣਾ ਕਿੱਥੇ ਘਰੇ ਜਾ ਕੇ ਦੱਖੂ ਦਾਣਾ ਖਵਾਉਂਦੇ ਫਿਰ ਉਹ ਸਵਾਦ ਤਾਂ ਜੇ ਅੱਜ ਸਾਡੀਆਂ ਅੱਖਾਂ ਦੇ ਸਾਹਮਣੇ ਇੱਥੇ ਦੱਖੂ ਦਾਣਾ ਖਵਾਓ ਪੁੱਤਰ ਕਮਲੇਸ਼ ਬੇਟੀ ਤੁਹਾਡੇ ਸਾਸੂ ਮਾਂ ਜੀ ਤੁਹਾਨੂੰ ਕੁਛ ਖਿਲਾਉਣ ਪਿਲਾਉਣ ਦੀ ਗੱਲ ਕਰ ਰਹੇ ਸੀ ਹਾਂਜੀ ਸਾਸੂ ਮਾਂ ਕੀ ਕਹਿ ਰਹੇ ਸੀ ਬੜਾ ਦਿਲ ਕਰਦਾ ਮੇਰਾ ਖੂਨ ਪੀਣ ਨੂੰ ਨਾ ਦੱਖੂ ਦਾਣਾ ਖਵਾਉਣਾ ਮੈਨੂੰ ਹੋਰ ਭਲਾ ਕੀ ਖਵਾਉਣਾ ਕੁਛ ਵੀ ਨਹੀਂ ਕਿਉਂ ਹੁਣ ਸੈਲਫ ਨਹੀਂ ਚੱਕਦੀ ਲਾਈਆ
ਹੁਣ ਤੁਸੀਂ ਦੱਸੋਗੇ ਕਿ ਮੈਂ ਦੱਸਾਂ ਸਾਰਿਆਂ ਨੂੰ ਅਸਲੀਅਤ? ਕੌਣ ਕਿਹਦੀ ਗੁੱਤ ਪੁੱਟਦਾ ਰੋਜ਼? ਕੌਣ ਆਪਣੀ ਜਾਨ ਬਚਾਉਂਦਾ ਫਿਰਦਾ ਕਿਹਦੇ ਕੋਲੋਂ? ਕਿਹਦਾ ਖੂਨ ਸੁੱਕਦਾ ਕਿਹਨੂੰ ਵੇਖ ਕੇ? ਮੇਰਾ ਹਾਏ ਹਾਏ ਨੀ ਸੱਚ ਦੇਵੀਏ, ਨੀ ਖੁਪੱਤੀਏ, ਨੀ ਮੋਮੋ ਠਗਣੀਏ, ਹੁਣ ਤੱਕ ਤੂੰ ਝੂਠ ਹੀ ਬੋਲਦੀ ਰਹੀ, ਨੀ ਤੇਰਾ ਕੱਖ ਨਾ ਰਹੇ। ਕਿੱਥੇ ਚਲੀ ਗਈ? ਜਾਊ ਕਿੱਥੇ? ਮੈਨੂੰ ਪਤਾ ਕਿਹੜੀ ਖੁੱਡ ਚ ਵੜੀ ਹੋਊ, ਚਾਨੀ ਆ ਮਗਰੇ। ਤੌਬਾ ਤੌਬਾ ਤੌਬਾ, ਹੇ ਰੱਬ ਸੱਚਿਆ, ਇੰਨਾ ਝੂਠ, ਇੰਨਾ ਪ੍ਰੇਮ, ਤਾਂ ਹੀ ਉਹਦਾ ਦੁਨੀਆ ਗਰਕਣ ਬਣਾਉਂਦੀ। ਤੇ ਮੈਂ ਕੋਈ ਝੂਠ ਬੋਲਿਆ? ਕਿ ਚੂਹੇ ਦੀ ਡੰਗੀ ਤੇ ਚਤਰੇ ਦੀ ਚੰਡੀ ਇੱਕ ਬਰਾਬਰ, ਵੇਖ ਲਿਆ ਕਿਵੇਂ ਆ ਕੇ ਲੋਕਾਂ ਦੇ ਘਰ ਪੱਟਦੀ ਸੀ। ਚਾਚਾ ਜੀ, ਤੁਹਾਡੇ ਸਮਝਾਏ ਦਾ ਕੀ ਫਾਇਦਾ? ਪੱਥਰ ਤੇ ਬੂੰਦ ਪਈ ਨਾ ਪਈ, ਨਾਲੇ ਤੁਹਾਡੇ ਸਮਝਾਏ ਦਾ ਅਸਰ ਤੇ ਤਾਂ ਹੀ ਹੋਊ ਨਾ ਜੇ ਕਿਤੇ ਇਹਨਾਂ ਦੀਆਂ ਅੱਖਾਂ ਤੋਂ ਪੱਟੀ ਲਾਊ। ਤੂੰ ਮੇਰੀ ਪੱਟੀ ਨੂੰ ਛੱਡ, ਪਹਿਲਾਂ ਆਪਣੀ ਅੱਖਾਂ ਦਾ ਇਲਾਜ ਕਰ। ਚਲੋ ਸੱਸ ਤਾਂ ਕਮੀਨੀ ਹੈ, ਨੂੰਹ ਕਿਹੜੇ ਘੱਟ ਹੈ, ਘੱਟ ਹੋਵੇ ਵੀ ਕਿਉਂ? ਤੇਰੀ ਜੋ ਸਹੇਲੀ ਹੈ, ਤੇਰੇ ਵਾਂਗੂ ਕਿਸ ਦੀ ਜਵਾਨ ਹੈ ਉਹਦੀ? ਓਏ ਬਾਬਾ, ਉਹਨਾਂ ਨੇ ਤਾਂ ਘਰੇ ਜਾ ਕੇ ਛਿੱਤਰੋ ਛਿੱਤਰੀ ਹੋਣਾ ਹੀ ਆ, ਤੁਸੀਂ ਇੱਥੋਂ ਹੀ ਆਪਣੇ ਆਪਣੇ ਹੱਥਾਂ ਹੀ ਜੁੱਤੀਆਂ ਚੱਕਣ ਦੀ ਤਿਆਰੀ ਕਰੀ ਜਾਂਦੀ ਹੋ। ਬਹੁਤ ਜੀਆਂ ਸਲਾਹ ਦੇਣ ਦੀ ਲੋੜ ਨਹੀਂ, ਸਾਡੀ ਆਪਣੀ ਜੁੱਤੀ ਆ। ਮੈਂ ਕਦੋਂ ਕਹਿੰਦਾ ਗੁਰਦੁਆਰੇ ਨੂੰ ਚੁੱਕੀ ਆ? ਤੂੰ ਕਹੋ, ਮੈਂ ਖਾਮ ਖਾ। ਸਾਡੀ ਮਰਜ਼ੀ, ਸਾਡੀ ਜੁੱਤੀ, ਅਸੀਂ ਭਾਵੇਂ ਪੈਰਾਂ 'ਚ ਪਾਈਏ, ਭਾਵੇਂ ਹੱਥਾਂ 'ਚ ਪਾਈਏ। ਸਿਰ ਤੇ ਨਾ ਰੱਖ ਲਈ, ਬਾਕੀ ਤਾਂ ਠੀਕ ਹੈ। ਹੁਣ ਤੂੰ ਕੀ ਜੁੱਤੀ ਦਾ ਕਰਨ ਲੱਗੀ ਆ? ਤੁਹਾਨੂੰ ਵਿਖਾਣ ਲੱਗੀ ਆ। ਅੱਛਾ ਵੀ ਦਾਤਾ, ਆ ਵੀ ਦਿਨ ਦੇਖਣੇ ਸੀ। ਓਏ ਹੋਏ, ਤੁਹਾਨੂੰ ਆਪਣੀ ਜੁੱਤੀ ਦਾ ਹਾਲ ਵਿਖਾਣ ਲੱਗੀ ਸੀ? 3 ਮਹੀਨੇ ਹੋ ਗਏ ਮੇਰੀ ਜੁੱਤੀ ਟੁੱਟੀ ਨੂੰ, ਕਿੰਨੀ ਵਾਰੀ ਕਹਿ ਲਿਆ ਤੁਹਾਡੇ ਜਵਾਈ ਨੂੰ, ਪਰ ਉਹਤੇ ਕੋਈ ਅਸਰ ਨਹੀਂ। ਉਹਨੇ ਨਹੀਂ ਲੈ ਕੇ ਦਿੱਤੀ ਮੈਨੂੰ ਨਵੀਂ ਜੁੱਤੀ, ਉਹਦੇ 'ਚ ਹਿੰਮਤ ਹੀ ਨਹੀਂ, ਇੰਨਾ ਡਰਦਾ ਆਪਣੀ ਮਾਂ ਤੋਂ। ਬਸ 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 ਬੀਬਾ, ਮੈਨੂੰ ਤਾਂ ਸਾਰਾ ਕੇਸ ਹੁਣ ਸਮਝ ਆਇਆ। ਓਏ, ਤੇਰੀ ਗੱਡੀ ਦਾ ਤਾਂ ਸਟੀਅਰਿੰਗ ਹੀ ਖਰਾਬ ਆ, ਜਿਹੜਾ ਮਾਂ ਵੱਲ ਨੂੰ ਵੱਧ ਮੁੜਦਾ ਤੇਰੇ ਵੱਲ ਨੂੰ ਘੱਟ ਮੁੜਦਾ। ਜਦੋਂ ਬੀਬਾ ਤੇਰਾ ਆਪਣਾ ਪੈਸਾ ਖੋਟਾ, ਫਿਰ ਬਣਿਆਣੀ ਨੂੰ ਕਾਹਦਾ ਦੋਸ਼? ਬਸ ਸਮਝ ਗਿਆ, ਅਸਲ ਵਿੱਚ ਕਸੂਰ ਉਹਦਾ ਨਹੀਂ, ਤੁਸੀਂ ਰਲ ਮਿਲ ਕੇ ਸਾਰਿਆਂ ਨੇ ਨਾ ਪਰਾਹੁਣੇ ਨੂੰ ਝੁੱਡੂ ਬਣਾਇਆ ਹੋਇਆ। ਕਿਉਂ ਝੁੱਡੂ? ਨਹੀਂ ਤਾਂ ਹੋਰ ਕੀ ਆ, ਜਿਹੜਾ ਤੇਰਾ ਦਰਵਾਜ਼ੇ ਖੜ੍ਹ ਕੇ ਲਾਇਆ ਹੋਇਆ। ਉਹ ਵੀ ਕਾਕਾ, ਆ ਕੀ ਚੱਕਿਆ ਉਹਨਾਂ? ਤੇਤੇ ਮੈਂ ਜੁੱਤੀਆਂ ਲੈ ਕੇ ਆਇਆ ਸੀ। ਬੇਟੇ ਮੂੰਹ, ਘਰ 'ਚ ਪਹਿਲਾਂ ਹੀ ਮਾਹੌਲ ਹਰ ਵੇਲੇ ਜੁੱਤੀਓ ਜੁੱਤੀ ਹੋਇਆ ਰਹਿੰਦਾ, ਉਲਟਾ ਤੂੰ ਹੋਰ ਚੱਕ ਲਿਆ। ਉਹ ਕੱਲ੍ਹ ਨੀਲੂ ਦੀ ਜੁੱਤੀ ਟੁੱਟ ਗਈ ਨਾ, ਇਸ ਕਰਕੇ ਮੈਂ ਨਵੀਆਂ ਲੈ ਕੇ ਆਇਆ ਸੀ। ਜੁੱਤੀ 1 ਟੁੱਟੀਆਂ, ਚੱਕੀ 7 ਲਿਆ। ਮੈਨੂੰ ਲੱਗਦਾ ਜੀ ਸੰਗਰਾਂਦ ਆ। ਕਿਉਂ? ਕਿਉਂਕਿ ਇਹਦੀਆਂ ਜੁੱਤੀਆਂ ਤਾਂ ਫਿਰ ਗੁਰਦੁਆਰੇ ਚੁੱਕੀਆਂ ਹੀ ਜਾ ਸਕਦੀਆਂ, ਖਰੀਦੀਆਂ ਤਾਂ ਨਹੀਂ ਜਾ ਸਕਦੀਆਂ। ਐਕਚੁਅਲੀ ਕੱਲ੍ਹ ਨੀਲੂ ਦਾ ਜਨਮ ਦਿਨ ਹੈ ਨਾ ਜੀ, ਇਸ ਕਰਕੇ ਉਹਨੂੰ ਮੈਂ ਸਰਪ੍ਰਾਈਜ਼ ਦੇਣਾ ਚਾਹੁੰਦਾ। ਬਈ ਪਹਿਲੀ ਵਾਰੀ ਦੇਖਿਆ ਜੁੱਤੀਆਂ ਦਾ ਸਰਪ੍ਰਾਈਜ਼, ਉਹ ਵੀ ਜਨਮ ਦਿਨ ਤੇ। ਬਈ ਤੂੰ ਸਾਨੂੰ ਵੀ ਦੱਸੂਗਾ ਕਿਹਦਾ ਜਨਮ ਦਿਨ ਮਨਾਇਆ ਜਾ ਰਿਹਾ? ਓਏ ਬਖਸ਼ੀ ਜੀ, ਤੁਹਾਡੀ ਨੂੰਹ ਰਾਣੀ ਦਾ ਜਨਮ ਦਿਨ ਆ? ਅੱਛਾ, ਨੀਲੂ ਦਾ ਜਨਮ ਦਿਨ? ਆਹੋ, ਤੇ ਤੁਹਾਡਾ ਫਰਜ਼ੰਦ ਉਹਦੇ ਲਈ 7-7 ਜੁੱਤੀਆਂ ਖਰੀਦ ਕੇ ਲੈ ਕੇ ਆਇਆ। ਫਿਰ ਫਿੱਟੇ ਮੂੰਹ ਤੇਰੇ, ਹੈਂ, ਤੈਨੂੰ ਜੁੱਤੀਆਂ ਹੀ ਲੱਭੀਆਂ ਜਨਮ ਦਿਨ ਤੇ ਗਿਫਟ ਦੇਣ ਲਈ? ਨਾ ਡੈਡੀ ਜੀ, ਤੁਹਾਨੂੰ ਕੀ ਪਤਾ, ਤੁਸੀਂ ਮੰਮੀ ਜੀ ਲਈ ਕਦੇ ਖਰੀਦੀਆਂ ਹੋਣ ਤਾਂ ਤੁਹਾਨੂੰ ਪਤਾ ਹੋਵੇ ਨਾ। ਤੇ ਖਰੀਦੀਆਂ ਕਿਉਂ ਨਹੀਂ? ਇੱਕ ਵਾਰੀ ਇਹ ਵੀ ਤੇਰੀ ਮੰਮੀ ਲਈ ਬਾਜ਼ਾਰੋਂ ਜੁੱਤੀਆਂ ਲੈਣ ਗਏ ਸੀ। ਫਿਰ ਇਹਨਾਂ ਨੂੰ ਵੇਖ ਕੇ ਜੁੱਤੀਆਂ ਆਪਸ ਵਿੱਚ ਗੱਲਾਂ ਕਰਨ ਲੱਗ ਪਈਆਂ। ਭੈਣਿਆ, ਚਾਵਲ ਜਿਹਾ ਬੰਦਾ ਕਿਤੇ ਸਾਨੂੰ ਇਹਨਾਂ ਇਹਦੇ ਨਾਲ ਤੋੜ ਦੇਣ। ਬੜਾ ਮਜ਼ਾਕੀਆ ਸੁਭਾਅ ਤੁਹਾਡਾ ਚਾਚਾ ਜੀ। ਫਿਰ ਚਾਚਾ ਜੀ, ਮੈਂ ਭੁੱਲ ਗਿਆ ਕਿ ਠੂਹੇ ਦਾ ਡੰਗਿਆ ਤੇ ਚਤਰੇ ਦਾ ਚੰਡਿਆ ਇੱਕ ਬਰਾਬਰ ਆ। ਯਾਦ ਆ, ਯਾਦ ਆ, ਇਹ ਮੈਂ ਕਿੱਦਾਂ ਭੁੱਲ ਸਕਦਾ? ਪਰ ਮੈਨੂੰ ਸਮਝ ਨਹੀਂ ਆਈ ਨਾ, ਇਹ ਕਿੱਦਾਂ ਭੁੱਲ ਗਿਆ ਕਿ ਕੱਲ੍ਹ ਨੀਲੂ ਦਾ ਜਨਮ ਦਿਨ ਆ? ਪਰ ਵੇਖਿਓ, ਆਪਾਂ ਨੀਲੂ ਦਾ ਜਨਮ ਦਿਨ ਐਸਾ ਬਣਾਵਾਂਗੇ, ਐਸਾ ਬਣਾਵਾਂਗੇ ਕਿ ਅੱਜ ਤੱਕ ਕਿਸੇ ਨੇ ਇਹੋ ਜਿਹਾ ਜਨਮ ਦਿਨ ਬਣਾਇਆ ਹੀ ਨਹੀਂ ਹੋਊਗਾ। ਭਾਈ ਵਾਹ, ਮੇਰੇ ਘਰ ਵਿੱਚ ਮੇਰੀ ਆਗਿਆ ਤੋਂ ਬਿਨਾਂ ਕੌਣ ਜੰਮਣ ਦੀ ਕੋਸ਼ਿਸ਼ ਕਰ ਰਿਹਾ? ਭੈਣ ਜੀ, ਤੁਸੀਂ ਤਾਂ ਜਿਹੜੇ ਦੁੱਧ ਨੂੰ ਜਾਗ ਲਾਦੇ ਹੋ ਉਹਦਾ ਦਹੀਂ ਨਹੀਂ ਜੰਮਦਾ, ਨੀਲੂ ਦੀ ਕੀ ਮਜਾਲਾ ਤੁਹਾਨੂੰ ਬਿਨਾਂ ਪੁੱਛੇ ਜੰਮ ਪਵੇ? ਪਾਲਿਆ ਸਿਆਪਾ ਦੱਸ ਕੇ। ਅੱਛਾ ਜਨਾਬ, ਉਸ ਦੇ ਜਨਮ ਦਿਨ ਦੀ ਤਿਆਰੀ ਕਰ ਰਹੇ ਨੇ ਤੇ ਮੇਰਾ ਕਦੇ ਮਰਨ ਦਿਨ ਵੀ ਨਹੀਂ ਮਨਾਇਆ? ਉਹ ਆਪਾਂ ਤਾਂ ਪਿਛਲੇ 30 ਸਾਲਾਂ ਤੋਂ ਤਿਆਰ ਬੈਠੇ ਹਾਂ, ਪਰ ਪਤਾ ਨਹੀਂ ਰੱਬ ਕਿਹੜੇ ਰੰਗਾਂ 'ਚ ਰਾਜ। ਕੰਨ ਖੋਲ ਕੇ ਸੁਣ ਲਓ, ਖਬਰਦਾਰ, ਜੇ ਨੀਲੂ ਦਾ ਜਨਮ ਦਿਨ ਮਨਾਇਆ ਇਸ ਘਰ ਵਿੱਚ ਸਭ ਤੋਂ ਪਹਿਲਾਂ ਮੇਰਾ ਜਨਮ ਦਿਨ ਮਨਾਇਆ ਜਾਏਗਾ, ਫਿਰ ਕਿਸੇ ਹੋਰ ਦਾ। ਪਰ ਸਰੋਜ ਜੀ, ਇਹ ਤਾਂ ਤਾਂ ਹੀ ਮਨਾਇਆ ਜਾਊਗਾ ਨਾ ਜੇ ਸਾਨੂੰ ਪਤਾ ਹੋਊਗਾ ਕਿ ਮਹਾਨ ਹਸਤੀ ਦੇ ਧਰਤੀ ਤੇ ਚਰਨ ਕਦੋਂ ਪਾਏ। ਕਿਉਂ, ਪਤਾ ਕਿਉਂ ਨਹੀਂ? ਦੱਸਦੇ ਤਾਂ ਹੁੰਦੇ ਆ ਵੀ ਦੁਸਹਿਰੇ ਵਾਲੇ ਦਿਨ ਜੰਮੀ ਸੀ। ਆਹੋ ਜੀ, ਇਦਾਂ ਦੀ ਰਾਵਣ ਬੁੱਧੀ ਦੁਸਹਿਰੇ ਵਾਲੇ ਦਿਨ ਹੀ ਪ੍ਰਗਟ ਹੋ ਸਕਦੀ ਆ। ਦੁਸਹਿਰੇ ਦਾ ਕੀ ਆ, ਕਦੇ ਸਤੰਬਰ 'ਚ ਆ ਜਾਂਦਾ, ਕਦੇ ਅਕਤੂਬਰ 'ਚ ਆ ਜਾਂਦਾ, ਇਹਦਾ ਕੋਈ ਪੱਕਾ ਪਤਾ ਥੋੜਾ? ਤੁਸੀਂ ਮੈਨੂੰ ਐਗਜ਼ੈਕਟ ਦੱਸੋ ਟਾਈਮ ਕਿ ਕਦੋਂ ਜੰਮੇ ਸੀ। ਬੇਬੇ ਜੀ ਕਹਿੰਦੇ ਹੁੰਦੇ ਸੀ ਉਦੋਂ ਝਾਕੀਆਂ ਨਿਕਲਦੀਆਂ। ਇਹ ਤਾਂ ਹੱਸਣ ਵਾਲੀ ਕਿਹੜੀ ਗੱਲ ਆ, ਵਾਕਈ ਰੋਣ ਵਾਲੀ ਗੱਲ ਆ ਬਈ। ਚਤਰ ਸਿੰਘ ਜੀ, ਹਾਸੇ ਤਾਂ ਹੁਣ ਪੈਣ ਗਏ ਨੀਲੂ ਦੇ ਜਨਮ ਦਿਨ ਤੇ।
ਕੋਲ ਹੈ ਦੇਸੀ ਨੁਸਖਾ ਨੀਲੂ ਤੋਂ ਅਜ਼ਮਾ ਲਈ ਬਈ ਪੰਜ ਚਾਰ ਨੇ ਮੰਤਰ ਐਸੇ ਪੰਜ ਚਾਰ ਨੇ ਮੰਤਰ ਐਸੇ ਪਹਿਲਾਂ ਉਹ ਤਿਆ ਲਈ ਦੇਸੀ ਕੁੜੀ ਬਰੀਕ ਕੁੱਟ ਕੇ ਪਾਣੀ ਦੇ ਵਿੱਚ ਪਾ ਲਈ ਚਾਹੇ ਫਿਰ ਸੱਸ ਕੁੱਟ ਲਈ ਨਾਲੇ ਸਾਰੇ ਲਾਂਬੇ ਲਾ ਲਈ ਚਾਹੇ ਫਿਰ ਸੱਸ ਕੁੱਟ ਲਈ ਸਾਰੇ ਲਾਂਬੇ ਲਾ ਲਈ ਚਾਹੇ ਫਿਰ ਸੱਸ ਕੁੱਟ ਲਈ ਹੈ ਮੇਰੀ ਪਲਨਾ ਸਹਾਂ ਜੁਦਾਈ ਬਈ ਹਰ ਘਰ ਦੇ ਵਿੱਚ ਇਹੋ ਮਸਲਾ ਮੇਰੇ ਬੇਲੀਓ ਹਰ ਘਰ ਦੇ ਵਿੱਚ ਇਹੋ ਮਸਲਾ ਨਿੱਤ ਹੈ ਹੁੰਦੀ ਲੜਾਈ ਕੌਣ ਹੈ ਤਗੜਾ ਕੌਣ ਹੈ ਮਾੜਾ ਕਦੇ ਨਾ ਟੈਨਸ਼ਨ ਪਾਈ ਜਨਮ ਦਿਨ ਨੀਲੂ ਦਾ ਮੇਰੇ ਵੱਲੋਂ ਵਧਾਈ ਜਨਮ ਦਿਨ ਨੀਲੂ ਦਾ ਮੇਰੇ ਵੱਲੋਂ ਵਧਾਈ ਜਨਮ ਦਿਨ ਨੀਲੂ ਦਾ ਜਨਮ ਦਿਨ ਨੀਲੂ ਦਾ ਮੇਰੇ ਵੱਲੋਂ ਵਧਾਈ ਜਨਮ ਦਿਨ ਨੀਲੂ ਦਾ ਮੇਰੇ ਵੱਲੋਂ ਵਧਾਈ ਜਨਮ ਦਿਨ ਨੀਲੂ ਦਾ ਓਏ ਕਾਕਾ ਤੇਰੀ ਡਿਊਟੀ ਦਾ ਗੇਟ ਖੋਲਣ ਤੇ ਹੁੰਦੀ ਆ ਤੂੰ ਉੱਪਰੋਂ ਕਿਤੋਂ ਤੁਰੇ ਆ ਰਿਹਾ ਚਤਰ ਸਿੰਘ ਜੀ ਛੱਡੋ ਤੁਸੀਂ ਧੀਰੇ ਨੂੰ ਪਰ ਫੰਕਸ਼ਨ ਦਾ ਮਜ਼ਾ ਆ ਗਿਆ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਬੋਲੀਆਂ ਬਖਸ਼ੀ ਜੀ ਕਾਹਦੀਆਂ ਬੋਲੀਆਂ ਐਵੇਂ ਲੋਕਾਂ ਸਾਹਮਣੇ ਘਰ ਦੀਆਂ ਗੱਲਾਂ ਹੀ ਫੋਲੀਆਂ ਜਿਹਨੂੰ ਨਹੀਂ ਵੀ ਪਤਾ ਸੀ ਉਹਨੂੰ ਵੀ ਦਿਖਾਤਾ ਤੁਹਾਡੇ ਘਰ 'ਚ ਕਿੰਨਾ ਕੁ ਤਫਾਕ ਆ ਮੈਨੂੰ ਕੋਈ ਸ਼ੌਕ ਨਹੀਂ ਸੀ ਉਹਦੇ ਨਾਲ ਮੇਰੇ ਮੇਰੀ ਹੋਣ ਦਾ ਸ਼ੁਰੂਆਤ ਥੋੜੀ ਲਾੜੀ ਨੇ ਕੀਤੀ ਸੀ ਜਿਹੜੀ ਮੈਨੂੰ ਦੇਸੀ ਬਿੱਲੀ ਦੱਸੀ ਸੀ ਲੋ ਕਰ ਲੋ ਗੱਲ ਉਹ ਮੋਟੇ ਦਿਮਾਗ ਦੇ ਮਾਲਕੋ ਮੈਂ ਦੇਸੀ ਬਿੱਲੀ ਤੁਹਾਨੂੰ ਨਹੀਂ ਬਲਕਿ ਆਪਣੇ ਆਪ ਨੂੰ ਕਿਹਾ ਸੀ ਹਾਏ ਓ ਮੇਰੇ ਰੱਬਾ ਮੈਂ ਤੰਗ ਆ ਗਿਆ ਇਹਨਾਂ ਦੀ ਰੋਜ਼ ਦੀ ਮਿਆਉਂ ਮਿਆਉਂ ਤੋਂ ਚਾਚਾ ਜੀ ਤੁਸੀਂ ਹੀ ਅੱਜ ਇਹਨਾਂ ਬਿੱਲੀਆਂ ਦਾ ਫੈਸਲਾ ਕਰਾਓ ਕਿ ਚਾਹੁੰਦੀਆਂ ਕੀ ਚੁੱਪ ਕਰਕੇ ਬਹਿ ਜਾਵੇ ਬਲੂੜਿਆ ਜਿਹਾ ਕਿੱਥੋਂ ਭਾ ਰਿਹਾ ਬਿੱਲੀਆਂ ਦੇ ਪੈਸੇ ਕਰਾਉਣਾ ਬੰਦਰ ਚਲੋ ਜ਼ਰਾ ਤਹਿਜ਼ੀਬ ਨਾਲ ਗੱਲ ਕਰੋ ਅੱਜ ਪਤਾ ਚੱਲਿਆ ਕਿ ਧੀਆਂ ਜੰਮਦੀਆਂ ਨੇ ਤਾਂ ਰੁੱਖ ਕਿਉਂ ਡੋਲਦੇ ਨੇ ਸਿਰਾਂ ਤੋਂ ਪੱਗਾਂ ਲੈ ਕੇ ਪੈਰਾਂ 'ਚ ਕਿਉਂ ਚਲੀਆਂ ਜਾਂਦੀਆਂ ਨੇ ਮਾਪਿਆਂ ਦੇ ਹਾਸੇ ਕਿਉਂ ਮੁੱਕ ਜਾਂਦੇ ਨੇ ਇਹ ਮੇਰਿਆ ਰੱਬਾ ਜੇ ਧੀਆਂ ਦੇਣੀਆਂ ਨੇ ਤਾਂ ਨਾਲ ਚੰਗੇ ਲੇਖ ਵੀ ਦੇ ਨਹੀਂ ਤਾਂ ਮੌਤ ਦੇ ਦੇ ਬਖਸ਼ੀ ਜੀ ਜੇ ਅੱਜ ਮੈਨੂੰ ਨੀਲੂ ਦਾ ਘਰ ਵਸਾਉਣ ਵਿੱਚ ਬਾਂਦਰ ਵੀ ਕਹਾਉਣਾ ਪੈ ਜਾਵੇ ਤਾਂ ਮੈਨੂੰ ਇਹਦੇ ਵਿੱਚ ਕੋਈ ਹਿਚਕਚਾਹਟ ਨਹੀਂ ਪਰ ਕੁੜਮੀ ਸਾਹਿਬਾ ਇਹ ਉਹ ਬਾਂਦਰ ਨਹੀਂ ਜੋ ਬਚਪਨ 'ਚ ਸੁਣਦੇ ਸੀ ਕਿ ਦੋ ਬਿੱਲੀਆਂ ਦੇ ਫੈਸਲੇ ਕਰਾਉਣ ਗਿਆ ਉਹਨਾਂ ਦੀ ਰੋਟੀ ਛੱਕ ਗਿਆ ਬਲਕਿ ਇਹ ਉਹ ਬਾਂਦਰ ਆ ਜੋ ਕੁੜੀ ਦੇ ਘਰ ਦਾ ਪਾਣੀ ਤੱਕ ਨਹੀਂ ਪੀਂਦਾ ਆ ਜੂਸ ਪੀ ਲੈਂਦਾ ਨੀਲੂ ਪਹਿਲਾਂ ਜੂਸ ਹੈ ਤੂੰ ਇਹਦਾ ਡੰਗਿਆ ਤੇ ਚਤਰੇ ਦਾ ਚੰਡਿਆ ਇੱਕ ਬਰਾਬਰ ਹੈ ਨਾ ਇਹ ਪਹਾੜਾ ਹੋਰ ਕਿੰਨੀ ਵਾਰੀ ਸੁਣਾਉਣਾ ਜਿੰਨੀ ਕੁ ਦੇਰ ਭੈਣ ਜੀ ਤੁਹਾਨੂੰ ਸਮਝ ਨਹੀਂ ਆਉਂਦੀ ਚਾਚਾ ਜੀ ਜੂਸ ਜੂਸ ਨੂੰ ਮਾਰੋ ਗੋਲੀ ਆਪਾਂ ਚੱਲ ਕੇ ਗਲਾਸੀ ਖੜਕਾਉਂਦੇ ਆ ਨੀਲੂ ਤੂੰ ਸਲਾਦ ਕੱਟ ਕੇ ਲਿਆ ਅਸੀਂ ਤੇਰੇ ਕਮਰੇ 'ਚ ਮਹਿਫਲ ਲਾਉਂਦੇ ਆ ਬਖਸ਼ੀ ਜੀ ਜਿੱਧਰ ਨੂੰ ਵੀ ਨਜ਼ਰ ਘੁਮਾਈਏ ਹਰ ਥਾਂ ਇਹੋ ਯੱਬ ਕਿਤੇ ਹੈ ਬਹੁਤੀ ਕਿਤੇ ਹੈ ਥੋੜੀ ਹਰ ਥਾਂ ਇਹੋ ਅੱਗ ਔਰਤ ਹੈ ਔਰਤ ਦੀ ਵੈਰੀ ਸੱਚ ਕਹਿੰਦਾ ਏ ਜੱਗ ਨੋ ਸੱਸ ਦਾ ਏ ਐਸਾ ਰਿਸ਼ਤਾ ਜਿਹਨੂੰ ਸਮਝ ਨਾ ਸਕਿਆ ਰੱਬ ਹੁਣ ਮੇਰੇ ਕਮਰੇ 'ਚ ਪਤਾ ਨੀ ਕਦੋਂ ਤੱਕ ਗਾਹ ਪਾਉਣਗੇ ਮੈਂ ਕਿੱਥੇ ਸੌਂਗੀ ਇੱਥੇ ਸੌਂ ਜਾ ਡਰਾਇੰਗ ਰੂਮ 'ਚ ਡਰਾਇੰਗ ਰੂਮ 'ਚ ਕਾਰਪੈਟ ਤੇ ਕੀ ਗੱਲ ਮੈਂ ਨੌਕਰਾਣੀ ਆ ਤਾਂ ਮਹਾਰਾਣੀ ਜੀ ਮੇਰੇ ਬੈਡਰੂਮ 'ਚ ਸੌ ਜਾਓ ਤੁਹਾਡੇ ਨਾਲ ਤੁਹਾਡੇ ਬੈਡਰੂਮ 'ਚ ਕਦੀ ਵੀ ਨਹੀਂ ਕਿਉਂ ਕੁੜੇ ਮੇਰੇ ਕੀ ਖੁਰਕ ਪਈ ਹੈ ਦੌਰੇ ਪੈਂਦੇ ਨੇ ਕੀ ਪਤਾ ਪੈਂਦੇ ਹੀ ਹੋਣ ਮੈਨੂੰ ਕੀ ਜਿੱਥੇ ਮਰਜ਼ੀ ਮਾਰ ਮੈਂ ਤਾਂ ਕਹਿੰਦੀ ਹਾਂ ਸੌਂ ਹਾਏ ਮੰਮੀ ਜੀ ਵੀ ਚਲੇ ਗਏ ਮੈਂ ਤਾਂ ਨਹੀਂ ਸੌਂਦੀ ਡਰਾਇੰਗ ਰੂਮ 'ਚ ਇਕੱਲੀ ਮੰਮੀ ਜੀ ਸੋ ਜਾਣਗੇ ਨਾ ਤਾਂ ਚੁੱਪ ਕਰਕੇ ਉਹਨਾਂ ਕੋਲ ਜਾ ਕੇ ਸੋ ਜਾਊਂਗੀ ਇਹ ਠੀਕ ਹੈ ਸਾਰੀ ਉਮਰ ਆਪਸ ਬਣੀ ਨੀ ਹੁਣ ਕਿਵੇਂ ਇੱਕ ਦੂਜੇ ਨਾਲ ਫਸ ਕੇ ਪਈਆਂ ਜਿੱਦਾਂ ਬੂਟਾਂ ਵਾਲੇ ਡੱਬੇ 'ਚ ਬੂਟ ਪਏ ਹੁੰਦੇ ਆ ਪਰ ਹੁਣ ਮੈਂ ਕਿੱਥੇ ਸੌਣਾ ਚਲੋ ਮੈਂ ਧੀਰਜ ਨਾਲ ਸੌ ਜਾਂਦਾ
ਇੱਧਰ ਸੱਸ ਨੂੰ ਸੁੱਤੀਆਂ ਪਈਆਂ ਨੇ, ਇੱਧਰ ਪਿਓ ਪੁੱਤ ਸੁੱਤੇ ਪਏ ਨੇ। ਵੱਡੇ ਸ਼ਹਿਰੀਏ, ਅਜੇ ਤੱਕ ਸਾਲਾ ਸੌਣ ਦਾ ਚੱਜ ਨਹੀਂ ਆਇਆ, ਪਰ ਤੂੰ ਕਿੱਥੇ ਸੌਏਗਾ? ਅਜੇ ਚਤਰਿਆ ਚਿੰਤਾ ਨਾ ਕਰ, ਡਾਬਰ ਜਾਈਦਾ ਭੱਲਾ ਜਿਹੇ ਜਿਹੇ ਦੋ ਇਹੋ ਜਿਹਾ ਕੱਲਾ। ਆਠਾ ਜਿਹਾ ਬਣੀਆਂ ਪਈਆਂ ਨੇ। ਇੱਕ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਨਾਨੀਆਂ ਸੌਣ ਤੋਂ ਪਹਿਲਾਂ ਮਰਮਲ ਲਿਪਸਟਿਕ ਲਾ ਕੇ ਕਿਉਂ ਪੈਂਦੀਆਂ? ਇੱਧਰੋਂ ਸ਼ੁਰੂ ਹੋਵਾਂ, ਖਬਰਦਾਰ ਜੇ ਚੂੰ ਚਾਂ ਵੀ ਕੀਤੀ, ਚੁੱਪ ਕਰਕੇ ਸੇਫ ਦੀਆਂ ਚਾਬੀਆਂ ਮੇਰੇ ਹਵਾਲੇ ਕਰ ਦੇ, ਵਰਨਾ ਗੋਲੀ ਤੇਰੇ ਭੇਜਿਓ ਪਾਰ ਹੋਏਗੀ ਸੋਹਣੀਏ। ਡੋਨਟ ਡਿਸਟਰਬ ਦੀ ਓਲਡ ਲੇਡੀ। ਖਬਰਦਾਰ ਜੀ, ਮੇਰੀ ਧੀ ਨੂੰ ਕੁਛ ਕਿਹਾ? ਮੈਨੂੰ ਤਾਂ ਚਾਬੀਆਂ ਚਾਹੀਦੀਆਂ ਨੇ, ਮੈਂ ਕੀ ਤੇਰੀ ਕੁੜੀ ਤੋਂ ਮਖਾਣੇ ਲੈਣੇ ਆ? ਸੋਨਾ ਚਾਂਦੀ ਤਾਂ ਮੈਂ ਬਾਅਦ ਚ ਚੱਕੂ ਸੋਹਣੀਏ, ਅੱਜ ਪਹਿਲਾਂ ਮੈਂ ਤੇਰੀ ਬੁੜੀ ਚੱਕੂ ਜਿਹਨੇ ਮੇਰੇ ਨਾਲ ਚੀਟਿੰਗ ਕੀਤੀ ਆ। ਚੋਰ ਜੀ ਨਹੀਂ, ਤੁਸੀਂ ਗੋਲੀ ਮਾਰਨੀ ਹੈ ਤਾਂ ਮੈਨੂੰ ਮਾਰੋ, ਇਹ ਮੇਰੀ ਮਾਂ, ਇਹਨੂੰ ਗੋਲੀ ਨਹੀਂ ਮਾਰਨੀ। ਚੋਰ ਜੀ ਨਹੀਂ, ਚੋਰ ਜੀ ਮੇਰੀ ਧੀ ਨੂੰ ਗੋਲੀ ਨਹੀਂ ਮਾਰਨੀ, ਮੈਨੂੰ ਮਾਰੋ, ਮੈਨੂੰ। ਨਹੀਂ ਮੰਮੀ, ਤੁਸੀਂ ਚੁੱਪ ਰਹੋ। ਚੋਰ ਜੀ ਤੁਸੀਂ ਗੋਲੀ ਮੈਨੂੰ ਮਾਰੋ। ਨਹੀਂ ਬੁੱਧ, ਤੂੰ ਚੁੱਪ ਰਹਿ, ਮੇਰੀ ਧੀ ਨੂੰ ਗੋਲੀ ਨਹੀਂ ਮਾਰਨੀ, ਮੈਨੂੰ ਮਾਰੋ। ਮੈਂ ਇੱਥੇ ਤੁਹਾਡਾ ਇਮੋਸ਼ਨਲ ਡਰਾਮਾ ਦੇਖਣ ਨਹੀਂ ਆਇਆ, ਬਲਕਿ ਇੱਥੇ ਮੈਂ ਸਿਰਫ ਚੋਰੀ ਕਰਨਾ ਆਇਆ। ਇਹਦੀ ਧੌਣ ਤੇ ਗੋਡਾ ਮੈਂ ਫੇਰਦੀ ਆ, ਦੇਖਦੀ ਆ ਕਿਵੇਂ ਬੁੜੀ ਨੂੰ ਚੱਕ ਕੇ ਲੈ ਕੇ ਜਾਂਦਾ। ਤੇਰਾ ਤੁਸੀਂ ਇਹਨੂੰ ਥੱਲੇ ਲੈ ਚੱਲੋ। ਇੱਕ ਮਿੰਟ ਪੁੱਤ, ਤੂੰ ਪੁਲਿਸ ਨੂੰ ਫੋਨ ਕਰਕੇ ਬੁਲਾ, ਤੇ ਮੈਂ ਉਹ ਤੱਕ ਲਾਉਣੀ ਆਪਣੇ ਚਾਹ। ਪੁਲਿਸ ਨੂੰ ਡੱਬ ਲਾਇਓ, ਕਿਉਂਕਿ ਠੂਹੇ ਦਾ ਡੰਗਿਆ ਤੇ ਚਤਰੇ ਦਾ ਚੰਡਿਆ ਨਹੀਂ, ਬਲਕਿ ਪੁਲਿਸ ਦਾ ਘੋਟਾ ਤੇ ਕੁੜਮਣੀ ਦਾ ਗੋਡਾ ਇੱਕ ਬਰਾਬਰ ਆ। ਭਰਾ ਜੀ ਤੁਸੀਂ, ਚਾਚਾ ਤੁਸੀਂ ਕਿਹੜੇ ਕੰਮ ਚ ਪੈ ਗਏ? ਓਏ ਕਾਹਦਾ ਯਾਰ, ਮੈਂ ਤਾਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸੱਸ ਨੂੰ ਇੱਕ ਦੂਜੇ ਨਾਲ ਲੜਾਈ ਦਾ ਤਾਂ ਸਿਰਫ ਡਰਾਮਾ ਕਰਦੀਆਂ ਸੀ, ਅਸਲ ਚ ਇਹ ਅੰਦਰੋਂ ਇੱਕ ਦੂਜੇ ਤੇ ਜਾਨ ਵਾਰਦੀਆਂ ਨੇ, ਤੇ ਅੱਜ ਇਹ ਸਾਰਾ ਕੁਝ ਮੈਂ ਆਪਣੇ ਅੱਖੀ ਵੇਖ ਲਿਆ। ਅੱਛਾ, ਤੇ ਤੁਸੀਂ ਅੱਜ ਇਹ ਸਿੱਧ ਕਰਨ ਲਈ ਇੰਨੀ ਘੁੱਟ ਖਾਧੀ ਆ? ਓਏ ਬਖਸ਼ੀ ਜੀ, ਜਿਹੜੀ ਗੱਡੀ ਕੋਈ ਜ਼ਿਆਦਾ ਹੀ ਖਰਾਬ ਹੋਵੇ ਉਹਨੂੰ ਠੀਕ ਕਰਨ ਲਈ ਚਤਰੇ ਵਰਗੇ ਕਾਰੀਗਰ ਨੂੰ ਵੀ ਹੱਥ ਮੂੰਹ ਕਾਲੇ ਕਰਨੇ ਪੈਂਦੇ ਆ, ਪਰ ਧੰਨ ਜਿਗਰੇ ਤੁਹਾਡੇ ਜਿਹੜੇ ਨਿੱਤ ਖਾਨੇ ਉਹ ਗੋਡੇ, ਮੇਰੀ ਤਾਂ ਇੱਕ ਨੇ ਬਸ ਕਰਾਤੀ। ਭਰਾ ਜੀ, ਜੇ ਇੰਨਾ ਕੁ ਗੋਡਾ ਨਾ ਫੇਰਦੀ ਤਾਂ ਤੁਸੀਂ ਮੰਨਣਾ ਸੀ, ਜੇ ਨੂੰ ਸੇਰ ਹੈ ਤਾਂ ਸੱਸ ਵੀ ਸਵਾ ਸੇਰ ਹੈ। ਓਏ ਭੈਣ ਜੀ, ਨੂੰ ਸੇਰ ਤੇ ਸੱਸ ਸਵਾ ਸੇਰ ਵਾਲੀ ਗੱਲ ਹੁਣ ਦਿਮਾਗੋਂ ਕੱਢਣੀ ਪੈਣੀ ਆ। ਜੇ ਗ੍ਰਿਸਤੀ ਦੀ ਗੱਡੀ ਰੈਲੀ ਚਲਾਉਣੀ ਚਾਹੁੰਦੇ ਹੋ ਤਾਂ ਦੁਨੀਆ ਦੀ ਹਰ ਇੱਕ ਸੱਸ ਨੂੰ ਮੈਂਟਲੀ ਪ੍ਰਿਪੇਅਰ ਹੋਣਾ ਪੈਣਾ, ਯਾਨੀ ਕਿ ਮਾਨਸਿਕ ਤੌਰ ਤੇ ਤਿਆਰ ਹੋਣਾ ਪੈਣਾ ਕਿ ਅੱਜ ਜੇ ਮੈਂ ਘਰ ਦੇ ਵਿੱਚ ਆਪਣੀ ਸੱਸ ਦੀ ਥਾਂ ਲਈ ਆ ਤਾਂ ਕੱਲ ਨੂੰ ਮੇਰੀ ਨੂੰਹ ਨੇ ਆ ਕੇ ਮੇਰਾ ਆਸਣ ਗ੍ਰਹਿਣ ਕਰਨਾ, ਯਾਨੀ ਕਿ ਉੱਤਰ ਕਾਟ ਉਹ ਮੈਂ ਚੜ੍ਹਾਂ, ਹੁਣ ਮੇਰੀ ਵਾਰੀ ਆ। ਪਰ ਇਹਦਾ ਮਤਲਬ ਇਹ ਨਹੀਂ ਕਿ ਮਾਂ ਨੂੰ ਭੁੱਲ ਕੇ ਰੰਨ ਦੇ ਮਰੀਦ ਬਣ ਜਾਓ। ਕੀ ਕਹਿ ਰਿਹਾ ਸੀ? ਮੈਂ ਨੀਲੂ ਦਾ ਨੀਲੂ ਮੇਰੀ ਜਾਣੇ ਕੁੱਲ ਲੁਕਾਈ। ਮੈਂ ਇਹ ਨਹੀਂ ਕਹਿੰਦਾ ਕਿ ਵਾਈਫ ਨੂੰ ਤਰਕਾਰੋ, ਵਾਈਫ ਦਾ ਸਤਿਕਾਰ ਕਰੋ, ਉਹਨੂੰ ਪਿਆਰ ਕਰੋ, ਉਹਦਾ ਆਦਰ ਕਰੋ, ਘਰ ਵਾਲੀ ਦਾ ਘਰ ਵਾਲਿਓ, ਪਰ ਇਹ ਨਾ ਭੁੱਲੋ ਕਿ ਮਾਂ ਹੁੰਦੀ ਹੈ ਮਾਂ, ਉਹ ਰੰਨਾ ਵਾਲਿਓ। ਆਏ ਜਿਉਂਦੇ ਵਸਦੇ ਰਹੋ। ਚਾਚਾ ਜੀ, ਚਾਚਾ ਜੀ, ਚਾਚਾ ਜੀ, ਚਾਚਾ ਜੀ।
चाचा जी जानते जानते ए तो दस जाओ कि दो बिल्लियां च इस बांदर दा दुम छल्ला की है, मतलब कि निचोड़ की है। नीलू सौ हाथ रस्सा सिरे ते गंढ, माफी एक इदा दा शब्द है जिहड़ा नौ दा सौरे घर पैर जमाउण दे विच बड़ा सहाई सिद्ध होंदा। मतलब ए आ नीलू, मेरी गल कन्न खोल के सुन ला, भी जे इस घर दे विच वसना ते कसूर भावें किसे दा होवे, माफी तैं मंगणी आ। सस सहुरा चाहे आपस विच नित काटो कलेश होण, सस सहुरे दी दाढ़ी पट्टे सहुरा सस दी गुत पट्टे पुत, माफी तैं मंगणी आ। बिल्ली दुध छक जे कट्टा बाण चब जे मझ दुधों भज जे पुत, माफी तैं मंगणी आ। कणक धो के छट के पीण बना के कोठे सुकनी पाई होवे आके जनौर छक जे, फिर भी माफी तैं मंगणी। इत्थे तक तेरी गिठ दी लुतरो सस भावे कैंची नाल कट के परे सुट दे, फिर भी माफी तैं मंगणी। पर चाचा जी, जे मम्मी जी मेरी जी भी कट देंगे, फिर मैं माफी किवें मंगूंगी? ओए पुत, जे इस घर दे विच वसना, माफी तां मंगणी पैणी आ, चाहे अड़ू 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 करके मंगी। चलदे विच संसार तकरार भी उसे नाल है हुंदी, हो मेरे खानियो तकरार भी उसे नाल है हुंदी, जिस नाल होवे प्यार छोटिया नाल प्यार करो ते वड्डिया दा सत्कार, चाचा सुख मंगदा सदा वसदा रहे परिवार, चाचा सुख मंगदा वसदा रहे परिवार, चाचा सुख मंगदा।